ਸਸੀ ਗਾਲ ਜੀ ਮੈਂ ਡਾਕਟਰ ਸਵੇਮਾਨ ਸਿੰਘ ਪਖੋਗੇ ਵੈਲਕਮ ਟੂ ਰੋਡ ਟੂ ਮੈਡੀਸਨ ਅੱਜ ਬਹੁਤ ਸ਼ਾਨਦਾਰ ਸ਼ੋਅ ਆ ਬੜੀ ਚੜ੍ਹਦੀ ਕਲਾ ਦਾ ਮਾਹੌਲ ਹੈ ਇੱਥੇ ਟਿਕਰੀ ਬਾਰਡਰ ਤੇ ਬੜੀਆਂ ਫਾਲਸ ਇਨਫੋਰਮੇਸ਼ਨਾਂ ਫਲਾਈ ਜਾ ਰਹੀਆਂ ਪਰ ਮੈਂ ਤੁਹਾਨੂੰ ਦੱਸਦਾ ਟਰੈਕਟਰ ਰੈਲੀਆਂ ਨਿਕਲ ਰਹੀਆਂ ਤਰੰਗੇ ਲਹਿਰਾਉ ਰਹੇ ਆ ਤੇ ਬਹੁਤ ਚੜ੍ਹਦੀ ਕਲਾ ਦਾ ਮਾਹੌਲ ਮੈਂ ਤੁਹਾਨੂੰ ਵੈਲਕਮ ਕਰਦਾ ਸਾਡੀ ਭਾਈ ਕਨਈਆ ਜੀ ਦੀ ਕਲੀਨਿਕ ਜਿਹੜੀ ਅਸੀਂ ਇੱਥੇ ਖੋਲ੍ਹ ਲਿਆ ਹਸਪੀਟਲ ਕਿਉਂਕਿ ਸਾਨੂੰ ਲੱਗਦਾ ਇਹ ਲੋੜ ਆ ਤੇ ਇਹਦੇ ਲਈ ਸਾਡੇ ਨਾਲ ਬੜੇ ਸਪੈਸ਼ਲ ਸਾਡੇ ਗੈਸਟ ਆ ਜਿਹੜੇ ਅੱਜ ਰਿਬਨ ਤੇ ਕੀ ਕੱਟਣਾ ਡਾਕ ਸੋ ਸਾਡੇ ਨਾਲ ਮੌਜੂਦ ਨੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸ੍ਰੀ ਅਮਰਿਤ ਸਾਹਿਬ ਤੋਂ ਉਹਨਾਂ ਦੀ ਸੰਗਤ ਤੇ ਹੈੱਡ ਐਸ ਵਲੇ ਪੰਡਿਤ ਪਵਨ ਕੁਮਾਰ ਜੀ ਤੇ ਮੁਹੰਮਦ ਅਲੀਮ احمد ਤਿੰਨੇ ਧਰਮਾਂ ਦਾ ਸਤਿਕਾਰ ਕਰਦੇ ਆ ਉਹਨਾਂ ਦੇ ਜੋ ਰਾਤ ਅਸੀਂ ਚੱਲਦੇ ਆ ਤੇ ਇਹੋ ਹੀ ਗੱਲ ਅਸੀਂ ਸਾਰਿਆਂ ਨੂੰ ਕਹਿੰਨੇ ਆ ਕਿ ਧਰਮ ਨੂੰ ਪਿਆਰ ਕਰੋ ਹਰ ਕੋਈ ਧਰਮ ਕਿਸੇ ਨੂੰ ਡਿਵਾਈਡ ਨਹੀਂ ਕਰਦਾ ਲੋਕਾਂ ਨੂੰ ਇਕੱਠੇ ਰਹਿਣ ਲਈ ਕਹਿੰਦਾ ਸੋ ਸਰ ਜੀ ਆ ਟੇਪ ਕਟਿਓ ਜੀ ਤਿੰਨੇ ਰਲ ਕੇ ਟੇਪ ਕਟਿਓ ਤੇ ਅਸੀਂ ਇਹੋ ਹੀ ਸਾਡੇ ਜਿਹੜਾ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਹੈ ਉਹ ਸਾਨੂੰ ਸਿਖਾਉਂਦਾ ਤੇ ਅਗੇਨ ਮੈਂ ਹਰ ਇੱਕ ਨੂੰ ਕਹਿਣਾ ਆ ਜਿਹੜਾ ਮੋਰਚੇ ਆ ਇਹ ਮੋਰਚੇ ਕਿਸੇ ਧਰਮ ਦਾ ਨਹੀਂ ਇੱਕ ਇੱਕ ਸਟੇਟ ਦਾ ਨਹੀਂ ਆ ਇਹ ਮੋਰਚਾ ਵਾ ਇਨਸਾਨੀਅਤ ਦਾ ਕਿਸਾਨਾਂ ਦਾ ਤੇ ਇਥੇ ਹਰ ਇੱਕ ਕਿਸਾਨ ਆ ਭਾਵੇਂ ਉਹ Hindu ਆ ਭਾਵੇਂ ਉਹ Muslim ਆ ਭਾਵੇਂ ਉਹ Sikh ਆ Sai ਆ ਸਭ ਤੋਂ ਪਹਿਲਾਂ ਅਸੀਂ ਇਨਸਾਨ ਆ ਫਿਰ ਕਿਸਾਨ ਆ ਧਰਮ ਕੋਈ ਵੀ ਮੈਂ ਫੇਰ ਰਿਪੀਟ ਕਰਦਾ ਕਦੀ ਵੀ ਕਿਸੇ ਨੂੰ ਡਿਵਾਈਡ ਨਹੀਂ ਕਰਦਾ ਕਦੀ ਵੀ ਕੋਈ ਧਰਮ ਕਹਿੰਦਾ ਨਹੀਂ ਕਿਸੇ ਨੂੰ ਮਾਰੋ ਧਰਮ ਸਦਾ ਏਕਾ ਸਿਖਾਉਂਦਾ ਸਾਨੂੰ ਸਹੀ ਰਾਹ ਤੇ ਚੱਲਣਾ ਸਿਖਾਉਂਦਾ ਧਰਮ ਨੂੰ ਜਿਹੜੇ ਆਪਣੀ ਢਾਲ ਬਣਾਉਂਦੇ ਆ ਇੱਕ ਦੂਜੇ ਨੂੰ ਮਾਰਦੇ ਆ ਲੋਕਾਂ ਨੂੰ ਮਾਰਦੇ ਆ ਉਹ ਲੋਕ ਕਦੀ ਵੀ ਉਹ ਧਰਮੀ ਨਹੀਂ ਹੁੰਦੇ ਧਰਮੀ ਹੁੰਦੇ ਆ ਸੋ ਗੈਨ ਆ ਸਾਡੀ ਕਲੀਨਿਕ ਹੈ ਜੀ ਇਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਸਪੀਟਲ ਦੀ ਤੇ ਮੈਂ ਵੈਲਕਮ ਕਰਦਾ ਸਾਰੇ ਡਾਕਟਰਸ ਨੂੰ ਨਰਸਿਸ ਨੂੰ ਫਾਰਮਸੀ ਨੂੰ ਇੱਥੇ ਆ ਕੇ ਜਰੂਰ ਸਾਡਾ ਜੁਆਇਨ ਕਰੋ ਸਿੱਖੀ ਸਾਨੂੰ ਕੀ ਸਿਖਾਉਂਦੀ ਆ ਹਨਾ ਸਿੱਖੀ ਸਾਨੂੰ ਸਿਖਾਉਂਦੀ ਆ ਕਿ ਹਰ ਇੱਕ ਧਰਮ ਦੀ ਰਿਸਪੈਕਟ ਕਰਨੀ ਹਰ ਇੱਕ ਇਨਸਾਨ ਦੀ ਇੱਜ਼ਤ ਕਰਨੀ ਇਨਸਾਨੀਅਤ ਦੀ ਰਿਸਪੈਕਟ ਕਰਨੀ ਤੇ ਉਹ ਹੀ ਜਿਹੜੇ ਜਿਹੜੀ ਜੋ ਸਾਰੀਆਂ ਸਿੱਖਿਆ ਅਸੀਂ ਸਿੱਖੀਆਂ ਵਾ ਛੋਟੇ ਹੁੰਦੇ ਤੋਂ ਉਹਦੇ ਉੱਤੇ ਅਸੀਂ ਚੱਲ ਰਹੇ ਅਸੀਂ ਅੱਜ ਇਹ ਉਦਘਾਟਨ ਵੇਖਿਆ ਇਹ ਸਾਡੇ ਹਿੰਦੂਸਤਾਨ ਦੀ ਹਿੰਦੂਸਤਾਨ ਦੀ ਸੰਸਕ੍ਰਿਤੀ ਹੈ ਸਾਡਾ ਕਨਸਟੀਟਿਊਸ਼ਨ ਜਿਹੜਾ ਅਸੀਂ ਸੈਲੀਬ੍ਰੇਟ ਕਰਨਾ ਹੈ ਜਨਵਰੀ 26 ਨੂੰ ਉਹ ਇਹੋ ਇਸ ਕੰਦਾ ਕਿ ਧਰਮਾ ਤੋਂ ਉੱਪਰ ਹੈ ਇਨਸਾਨੀਅਤ ਠੀਕ ਹੈ ਨਾ ਕੋਈ ਵੀ ਚੀਜ਼ ਇਨਸਾਨੀਅਤ ਤੋਂ ਉੱਪਰ ਨਹੀਂ ਆਉਂਦਾ ਚਲੋ ਮੈਂ ਇੰਟਰੋਡਿਊਸ ਕਰਦਾ ਆ ਸਾਡੇ ਸਟਾਫ ਦੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ ਮੈਡਮ ਜੀ ਵੇਖੋ ਤੁਸੀਂ ਇੱਥੇ ਸਾਡੇ ਉਦਨ ਦੇ ਹੈਗੇ ਨਾਲ ਹਨ 26 ਜਨਵਰੀ ਨੂੰ ਵੀ ਤੁਸੀਂ ਘਰੇ ਨਹੀਂ ਮੁੜੇ ਜਿੱਦਾਂ ਕਈ ਲੋਕ ਆਂਦੇ ਆ ਕਿ ਬੜਾ ਇੱਥੇ ਜੀ ਖਤਰਾ ਜੀ ਤੁਸੀਂ ਇੱਥੇ ਪੱਟੀਆਂ ਕਰ ਰਹੇ ਹੋ ਤਾਂ ਉਹ ਹੀ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪੰਜਾਬ ਚ ਬੀਬੀਆਂ ਬੇਟੀਆਂ ਜਾਂ ਬਾਕੀ ਥਾਵਾਂ ਤੇ ਇੰਡੀਆ ਚ ਬਾਹਰ ਬੈਠੇ ਲੋਕ ਆ ਜਿਹੜੇ ਇੱਥੇ ਆਉਣਾ ਚਾਹੁੰਦੇ ਆ ਕੋਈ ਖਤਰਾ ਤੁਹਾਨੂੰ ਵਿਖਦਾ ਜੀ ਨਹੀਂ ਬਹੁਤ ਸ਼ਾਂਤ ਮਾਹੌਲ ਹੈ ਜਿਸ ਤਰ੍ਹਾਂ ਟੀਵੀ 'ਚ ਦਿਖਾ ਰਿਹਾ ਉਸ ਤਰ੍ਹਾਂ ਦਾ ਕੋਈ ਚੀਜ਼ ਨਹੀਂ ਹੈ ਜਿਵੇਂ ਉਹਨਾਂ ਨੇ ਅਫਵਾਹਾਂ ਫੈਲਾਈਆਂ ਹੋਈਆਂ ਤੇ ਮੈਨੂੰ ਤਾਂ ਲੱਗਦਾ ਜਿਹੜੀਆਂ ਬੀਬੀਆਂ ਘਰ ਬੈਠੀਆਂ ਭਰਾ ਘਰ ਬੈਠੇ ਸਭ ਨੂੰ ਇੱਥੇ ਪਹੁੰਚ ਕੇ ਅੰਦੋਲਨ ਦਾ ਹਿੱਸਾ ਬਣਨਾ ਚਾਹੀਦਾ ਥੈਂਕ ਯੂ ਸੋ ਸਾ ਕਾਫੀ ਡਾਕਟਰ ਉਸ ਦਿਨ ਫੱਟੜ ਹੋ ਗਏ ਸੀ ਉਹਦੇ ਕਰਕੇ ਕਾਫੀ ਡਾਕਟਰਸ ਨੂੰ ਘਰੇ ਵੀ ਜਾਣਾ ਪਿਆ ਕਈਆਂ ਨੂੰ ਅਸੀਂ ਸਾਨੂੰ ਭੇਜਣਾ ਪਿਆ ਕੋਈ ਸੱਟਾਂ ਐਸੀ ਲੱਗਿਆ ਸੀ ਪਰ ਭਾਈ ਮੇਰਾ ਮੈਂ ਵੀ ਫੱਟੜ ਹੋ ਗਿਆ ਮੈਂ ਵੀ ਸਾਈਡਲਾਈਨ ਹੋ ਗਿਆ ਪਰ ਆਹ ਭਾਈ ਨੇ ਆਪਣਾ ਮੋਰਚਾ ਨਹੀਂ ਛੱਡਿਆ ਇਹ ਉਸ ਦਿਨ ਵੀ ਉੱਥੇ ਹੀ ਸੀ ਪਰ ਇਹ ਭਾਈ ਸ਼ਹਿਰ ਤੋਂ ਲੱਗੇ ਰਾਤ ਤੱਕ ਹੁਣ ਇਕੱਲਾ ਹੀ ਡਾਕਟਰ ਆ ਜਾਇ ਇਸ ਵੇਲੇ ਕੰਮ ਕਰ ਰਿਹਾ ਮੈਂ ਵੀ ਆ ਇੰਟਰਵਿਊ ਦੇ ਚੱਕਰਾਂ ਜਾ ਪਰ ਆ ਮਤਲਬ ਮੋਰਚਾ ਹੀ ਨੇ ਸੰਭਾਲਿਆ ਜਿਹੜੇ ਮੇਰੇ ਵੀਰ ਬਾਹਰ ਬੈਠੇ ਪੰਜਾਬ ਚ ਕਿਤੇ ਵੀ ਦੁਨੀਆ ਚ ਕਿਸਾਨ ਵੀਰ ਆ ਉਹਨਾਂ ਨੂੰ ਇਹੋ ਹੀ ਬੇਨਤੀ ਆ ਯਾਰ ਸਾਨੂੰ ਤੁਹਾਡੀ ਲੋੜ ਆ ਇਸ ਵੇਲੇ ਵੌਲੰਟੀਅਰਸ ਦੀ ਡਾਕਟਰਸ ਦੀ ਨਰਸਿਸ ਦੀ ਲੋੜ ਆ ਬਾਕੀ ਤੁਹਾਨੂੰ ਆਪਣੀਆਂ ਕਲੀਨਿਕ ਦਾ ਤੁਹਾਨੂੰ ਜਾਇਜ਼ਾ ਦਿਵਾ ਦਿੰਦੇ ਆ ਵੀਰ ਹੁਣੀ ਸੈਟਅਪ ਕਰ ਰਿਹਾ ਹੁਣ ਸੈਟਿੰਗ ਆਪੇ ਆ ਜੇ ਸਾਡਾ ਕਾਫੀ ਕੰਮ ਹੋਣ ਵਾਲਾ ਪਰ ਤੁਹਾਨੂੰ ਇਹ ਸਾਡਾ ਇੰਟਰਨਲ ਰੂਮ ਆ ਫਿਰ ਪਿੱਛੇ ਇੱਕ ਹੋਰ ਕਮਰਾ ਸੈਟਅਪ ਹੋਊਗਾ ਜਿੱਥੇ ਬ ਆ ਮੇਰਾ ਭਾਈ ਹੁਣ ਇਹਨੂੰ ਡਾਂਗਾ ਪਿਆ ਸੀ ਉਦੋਂ ਇਹ ਵੀ ਇੱਥੇ ਲੱਗਾ ਪਿਆ ਸਾਨੂੰ ਇੰਨੀ ਕੁ ਵਾਰੰਟੀ ਇਸ ਦੀ ਇਸ ਵੇਲੇ ਕਮੀ ਆ ਭਾਈ ਘਰ ਨਹੀਂ ਜਾਣਾ ਨਹੀਂ ਸਰ ਭਾਈ ਕਿਣੀ ਆ ਦੀ ਸੋਚ ਤੇ ਕੰਮ ਕਰ ਰਹੇ ਆ ਜੀ ਘਰ ਕਿਉਂ ਜਾਵਾਂਗੇ ਜੀ ਫੇਰ ਕੀ ਹੋ ਗਿਆ ਜੀ ਕੰਮ ਕਰਾਂਗੇ ਜੀ ਘਰ ਬਾਪੂ ਆ ਗਏ ਨੇ ਕੰਮ ਕਰਨ ਨੂੰ ਜੀ ਇੱਥੇ ਸੇਵਾ ਕਰਨ ਆਇਆ ਸੇਵਾ ਕਰਾਂਗੇ ਜਿੰਨਾ ਚਿਰ ਜਾਉਂਦੇ ਆ ਜੀ ਜੇ ਲੋ ਕਰਾਂਗੇ ਸੇਵਾ ਜੀ ਕੋਈ ਚੱਕਰ ਨਹੀਂ ਜੀ ਕੀ ਹੋ ਗਿਆ ਜੀ ਫੱਟੜ ਹੋ ਗਿਆ ਔਰ ਇਹ ਵੀਰ ਦਾ ਤੁਸੀਂ ਕਹੋਗੇ ਕਿ ਯੂ نو ਇਹ ਕਿਦਾਂ ਕਹਿੰਦੇ ਆ ਔਰ ਮੈਂ ਤੁਹਾਨੂੰ ਦੱਸਦਾ ਜਿੱਦਨੇ ਇਹ ਫੱਟੜ ਵੀ ਹੋਇਆ ਸੀ ਨਾ ਤੇ ਮੈਨੂੰ ਲੱਗਦਾ 2 ਘੰਟੇ ਦਾ ਟਾਈਮ ਨਹੀਂ ਇਹਨੇ ਪਾਉਣ ਦਿੱਤਾ ਤੇ ਕੰਮੇ ਵਾਪਸ ਉੱਥੇ ਚੜ ਗਿਆ ਕੰਮ ਨਹੀਂ ਛੱਡਿਆ ਇਹਨਾਂ ਨੇ ਸੋ ਇਹ ਇਹਨਾਂ ਦੇ ਜਜ਼ਬੇ ਆ ਜਿੰਨਾ ਕਰਕੇ ਸਾਡੋ ਵੀ ਸਾਨੂੰ ਵੀ ਡਰ ਆਉਂਦਾ ਕਿ ਅਸੀਂ ਇੱਥੋਂ ਕਿਤੇ ਇਧਰੋਂ ਐਣਾ ਹੋ ਐਣਾ ਹੋ ਜੀ ਇਹੋ ਬੰਦੇ ਸਾਨੂੰ ਹੋਲਡ ਕਰਦੇ ਇੱਥੇ ਬਾਕੀ ਵੀਰ ਨੂੰ ਵੀ ਪਈਆਂ ਅਸੀਂ ਉਹਦਣ ਇਹੋ ਵੀਰ ਹੀ ਜਿਨ੍ਹਾਂ ਨੇ ਆਈਵੀ ਪੋਲ ਫੜਿਆ ਸੀ ਜਿਹਦੀ ਮੈਂ ਗੱਲ ਕੀਤੀ ਸੀ ਕਿ ਤੋਂ ਪੂਰੀ ਸਟੋਰੀ ਤੇ ਅੱਗੇ ਦੱਸਾਂਗੇ ਕਿਦਾਂ ਇਹਨਾਂ ਨੇ ਆਈਵੀ ਪੋਲ ਥੱਲੇ ਪੁਲਿਸ ਵਾਲੇ ਦਾ ਸੀ ਇਲਾਜ ਕਰਨ ਦੇ ਤੇ ਪਿੱਛੇ ਆ ਕੇ ਡਾਂਗਾ ਪਈਆਂ ਪਹਿਲਵਾਨ ਆ ਤੇ ਗੱਲ ਹੈ ਕਿ ਪੁਲਵਾਨ ਬਹੁਤ ਕੁਝ ਕਰ ਸਕਦਾ ਜਦੋਂ ਉਹਨੂੰ ਡਾਂਗ ਪੈਂਦੀ ਆ ਉਹਨੂੰ ਆਪਣਾ ਕੰਟਰੋਲ ਰੱਖਣਾ ਤੁਸੀਂ ਆਪੇ ਹੀ ਸੋਚ ਸਕਦੇ ਆ ਬੰਦੇ ਨੇ ਕਿੱਦਾਂ ਕੰਟਰੋਲ ਰੱਖਿਆ ਹੋਊਗਾ ਉਸ ਟਾਈਮ ਤੇ ਤੇ ਕੰਟਰੋਲ ਰੱਖਿਆ ਕਿ ਉਹ ਵੀ ਕਸਮਾਂ ਖਾ ਕੇ ਗਏ ਆ ਪੌਜੀ ਸੱਟਾ ਸੁੱਟਾ ਦੇ ਲਈ ਲੱਗਿਆ ਸੱਟਾ ਕੋਈ ਗੱਲ ਨਹੀਂ ਲੱਗ ਹੋਰ ਵੀ ਲੱਗ ਜਣੀਆਂ ਤਾਂ ਵੀ ਆਪਾਂ ਠੀਕ ਆ ਕੋਈ ਗੱਲ ਨਹੀਂ ਸੇਵਾ ਕਰਾਂਗੇ ਆਪਾਂ ਮੈਂ ਤੇ ਹੋਰ ਵੀ ਵੀਰਾਂ ਨੂੰ ਆਣਾ ਵਾਂ ਵੀ ਤੁਸੀਂ ਵੀ ਆਣ ਕੇ ਅੰਦੋਲਨ ਦਾ ਹਿੱਸਾ ਬਣੋ ਹਾਂਜੀ ਗੱਲ ਉਹ ਮੀਰ ਮੰਨੂ ਦੀ ਆ ਤੁਸੀਂ ਜਿੰਨਾ ਸਾਨੂੰ ਭੰਨੋਗੇ ਨਾ ਅਸੀਂ ਉਨੇ ਹੀ ਤਗੜੇ ਹੁੰਦੇ ਆ ਤੇ ਲੋਕਾਂ ਨੂੰ ਪਤਾ ਨਹੀਂ ਅਸੀਂ ਸੌਰ ਸਿੰਘ ਵਾਲਾ ਦਾ ਜਿਹੜਾ ਬੈਕਗ੍ਰਾਉਂਡ ਕੀ ਆ ਕਿਉਂਕਿ ਚਲੋ ਮੈਂ ਜਾਦੀਆਂ ਗੱਲਾਂ 'ਚ ਨਹੀਂ ਪੈਣਾ ਪਰ ਬੰਦੇ ਅਸੀਂ ਸਾਨੂੰ ਕੋਈ ਕੁੱਟ ਦਾ ਅਸੀਂ ਕੁੱਟ ਕਦੀ ਜ਼ਿੰਦਗੀ 'ਚ ਖਾਧੀ ਨਹੀਂ ਇਹ ਪਹਿਲਾ ਇਹ ਪਹਿਲੀ ਵਾਰੀ ਹੋਇਆ ਸਾਨੂੰ ਕੋਈ ਡਾਂਗ ਮਾਰ ਗਿਆ ਮੈਂ ਪਹਿਲੀ ਵਾਰ ਇਹ ਹੋਇਆ ਵੀ ਕੋਈ ਡਾਂਗ ਮਾਰ ਗਿਆ ਤੇ ਬਰਦਾਸ਼ਤ ਕੀਤੀ ਨਹੀਂ ਤੇ ਜ਼ਿੰਦਗੀ 'ਚ ਕਦੀ ਵੀ ਜਵਾਬ ਦੇਣ ਤੋਂ ਬਗੈਰ ਨਹੀਂ ਹਰੇ ਇਹ ਜੇ ਸਾਡਾ ਪਿਆਰ ਆ ਸਾਡੇ ਗੁਰੂ ਦੇ ਪ੍ਰਤੀ ਕਿਉਂਕਿ ਅਸੀਂ ਆਪਣੇ ਗੁਰੂ ਗੁਰੂ ਮੰਨ ਕੇ ਆਪਣੇ ਗੁਰੂ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਆ ਉਦੋਂ ਅਰਦਾਸ ਕਰਕੇ ਤੁਰਿਆ ਇਸ ਵੇਰੇ ਕਿ ਭਾਵੇਂ ਜੋ ਮਰਜ਼ੀ ਹੋ ਜੇ ਹੱਥ ਨਹੀਂ ਚੁੱਕ ਸਕਦੇ ਤੇ ਵੀਰ ਦਾ ਸਾਡਾ ਪਿਆਰ ਆ ਸਾਨੂੰ ਇੱਕ ਦੂਜੇ ਬਾਰੇ ਸਾਰਾ ਪਤਾ ਤੇ ਮੈਨੂੰ ਜੇ ਉਸ ਦਿਨ ਸਭ ਤੋਂ ਜ਼ਿਆਦਾ ਡਰੀ ਕਿਹਦੇ ਤੇ ਕਿ ਕੋਈ ਬੰਦਾ ਭੜਕ ਨਾ ਜਾਵੇ ਉਹ ਇਨਾਂ ਤੇ ਹੀ ਪਰ ਕੁੱਟ ਵੀ ਖਾਧੀ ਤੇ ਭੜਕੇ ਵੀ ਨਹੀਂ ਸ਼ਾਬਾਸ਼ੀ ਹੈ ਇਹਨਾਂ ਦੀ ਬਾਕੀ ਇਹ ਵੀ ਮੇਰਾ ਵੀਰ ਆ ਇਹਨੂੰ ਵੀ ਡੰਗਾ ਪਈਆਂ ਸੀ ਉਸ ਦਿਨ ਤੇ ਭਾਈ ਤੂੰ ਘਰ ਚੱਲ ਜਾ ਯਾਰ ਨਹੀਂ ਜੀ ਕਰ ਨਹੀਂ ਜਾਣਾ ਹੈਗਾ ਜਿੱਦẽ ਪਈਆਂ ਸੀ ਉੱਦੀ ਮੁੜ ਸਕਦੇ ਸੀਗੇ ਹੁਣ ਨਹੀਂ ਜਾਂਦੇ ਉੱਦੀ ਮੁੜ ਜਾਂਦੇ ਮੁੜ ਜਾਂਦੇ ਗੱਲ ਵੱਡੀ ਆ ਨਾ ਯਾਰ ਮੂੰਹ ਤੇ ਹਾਸਾ ਵੀ ਆ ਇਹ ਖੁਸ਼ੀ ਆ ਸਾਡੀ ਸਾਡੀ ਹਿਸਟਰੀ ਆ ਸਾਡੀ ਹਿਸਟਰੀ ਬਹੁਤ ਗ੍ਰੇਟ ਆ ਸੈਬਜ਼ਾਦੇ ਨਾ ਛੋਟੀ ਉਮਰ ਹੀ ਉਹਨਾਂ ਦੀ ਭਗਸਿਓ ਕਰਤਾਰ ਸਿੰਘ ਸਰਬਾ ਉਦਮ ਸਿੰਘ ਇਹ ਕੌਮ ਐ ਸਾਡੀ ਮੈਂ ਮੀਰ ਮੰਨੂ ਦੀ ਗੱਲ ਕੀਤੀ ਆ ਸਾਡੀਆਂ ਸਿੱਖਿਆ ਹੀ ਉਹ ਆ ਮੈਦਾਨ ਛੱਡ ਕੇ ਕਦੀ ਸਿੰਘ ਨਹੀਂ ਵਾਪਸ ਜਾਂਦੇ ਸ਼ਾਮ ਸਿੰਘ ਟਾਰੀ ਦੀ ਉਹ ਹਿਸਟਰੀ ਪੜੋ ਨਿੰਬੂ ਆਂਗੂਰ ਨਿਚੋੜਨਾ ਕਿਹਨਾਂ ਨੂੰ ਆਉਂਦਾ ਹਨਾ ਪਰ ਚਲੋ ਜਿੱਦਾਂ ਵੀ ਆ ਅਸੀਂ ਕੰਟਰੋਲ 'ਚ ਆ ਅਸੀਂ ਆਪਣਾ ਸ਼ਾਂਤਮਈਏ ਜਿਹੜਾ ਜਿੱਦਾਂ ਸਾਡੇ ਜਰਨਲਾਂ ਨੇ ਕਹਿ ਲੋ ਜਿਹੜੇ ਇਹ ਸਾਰਾ ਕੁਝ ਕਰ ਰਹੇ ਆ ਉਹਨਾਂ ਨੇ ਇੱਕ ਇੱਕ ਸਿੱਖਿਆ ਦਿੱਤੀ ਐ ਇਸ ਵੇਲੇ ਕਿ ਸ਼ਾਂਤਮਈ ਸ਼ਾਂਤਮਈ ਚੱਲਣਾ ਸ਼ਾਂਤਮਈ ਰਹਿਣਾ ਝੰਡੇ ਨੂੰ ਸਲੂਟ ਆ ਇਹ ਤਿਰੰਗਾ ਸਾਡਾ ਵਾ ਥਾਂ-ਥਾਂ ਤੇ ਤਿਰੰਗੇ ਲਹਿਰਾਉਂਦੇ ਰਹਿਣ ਸਾਡੇ ਜਿਹੜੀ ਦੇਸ਼ ਦੀ ਜਿਹੜੀ ਇੱਜ਼ਤ ਆ ਮਾਣ ਆ ਉਹ ਕਦੀ ਵੀ ਡਾਊਨ ਨਾ ਹੋਵੇ ਬਾਕੀ ਉਸ ਦਿਨ ਹੋਇਆ ਕੀ ਸੀ ਹਰ ਇੱਕ ਬੰਦੇ ਨੂੰ ਉਹ ਕੁਐਸਚਨ ਹੈ ਕਿ ਉਸ ਦਿਨ ਹੋਇਆ ਕੀ ਸੀ ਤੇ ਮੈਂ ਤੁਹਾਨੂੰ ਉਹ ਡਿਟੇਲਸ ਦੱਸੂਗਾ ਇਹ ਛੋਟੀ ਜੀ ਬ੍ਰੇਕ ਤੋਂ ਬਾਅਦ ਕਿ ਉਸ ਦਿਨ ਹੋਇਆ ਕੀ ਸੀ ਉਹ ਸੱਚਾਈ ਕਿਉਂਕਿ ਅਸੀਂ ਫਸਟ ਸਟੈਂਡ ਉੱਤੇ ਸਫਰ ਕੀਤਾ ਅਸੀਂ ਉੱਤੇ ਸਰਵ ਕੀਤਾ ਨਾਲ ਸਫਰ ਵੀ ਕੀਤਾ ਸੋ ਹਰ ਇੱਕ ਗੱਲ ਤੁਹਾਡਾ ਸ਼ੇਅਰ ਕਰਾਂਗੇ ਜਿਹੜੀ ਉਸ ਦਿਨ ਹੋਈ ਮਿਲਦੇ ਹਾਂ ਛੋਟੀ ਜੀ ਬ੍ਰੇਕ ਤੋਂ ਬਾਅਦ ਆ ਵੀ ਆ ਹਾ 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 ਅਰੇ ਇਹ ਕੀ ਕਰ ਰਿਹਾ ਯਾਰ ਵੈਲਕਮ ਬੈਕ ਜੀ ਕੁਝ ਜ਼ਰੂਰੀ ਤੁਹਾਡੇ ਨਾਲ ਗੱਲਾਂ ਕਰਨੀਆਂ 26 ਜਨਵਰੀ ਨੂੰ ਕੀ ਹੋਇਆ ਉਹਦੇ ਬਾਰੇ ਡਿਸਕਸ ਕਰਨਾ ਪਰ ਉਹ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਐਸੀ ਕੀ ਐਕਸ਼ਨ ਲਿਆ 26 ਜਨਵਰੀ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਕਿ ਹੁਣ ਕੱਲਾ ਕਲੀਨਿਕ ਨਹੀਂ ਕਰਾਂਗੇ ਸਾਨੂੰ ਹਸਪੀਟਲ ਬਣਾਉਣਾ ਪੈਣਾ ਔਰ ਵੱਡੇ ਲੈਵਲ ਤੇ ਬਣਾਉਣਾ ਪੈਣਾ ਕਿਉਂਕਿ ਪਤਾ ਨਹੀਂ ਇਹ ਸੰਘਰਸ਼ ਕਿੰਨੀ ਦੇਰ ਚੱਲਣਾ ਸੋਸੀ ਭਾਈ ਕਨੇਆ ਜੀ ਦੇ ਨਾਂ ਤੇ ਇਹ ਹਸਪੀਟਲ ਤਿਆਰ ਕਰ ਰਹੇ ਆ ਜੋ ਤੁਸੀਂ ਵੇਖ ਸਕਦੇ ਹੋ ਆ ਉਹਦਾ ਤੁਹਾਨੂੰ ਥੋੜਾ ਜਿਹਾ ਜਿਹੜੀ ਜਿਹੜੀ ਬਿਗਿਨਿੰਗ ਆ ਇੱਥੇ ਅਸੀਂ ਆਪਣੀ ਓਪੀਡੀ ਕਰਾਂਗੇ ਇੱਥੇ ਕੁਰਸੀਆਂ ਲੱਗਣਗੀਆਂ ਆ ਸਾਡੀ ਜਿਹੜਾ ਮੇਨ ਕਲੀਨਿਕ ਹੋਊਗੀ ਪਿੱਛੇ ਅਸੀਂ ਬੈੱਡ ਲਵਾਵਾਂਗੇ ਆ ਉਹ ਤੁਹਾਨੂੰ ਹੌਲੀ ਹੌਲੀ ਆਉਣ ਵਾਲੇ ਹਫ਼ਤੇ 'ਚ ਦਿਖਾਉਂਦੇ ਰਵਾਂਗੇ ਪਰ ਜਿਹੜੀ ਜ਼ਰੂਰੀ ਗੱਲ ਆ ਉਹ 26 ਜਨਵਰੀ ਦੀ ਐਵੈਂਟਸ ਕਿਉਂਕਿ ਸਾਰੇ ਜਣੇ ਚਾਹੁੰਦੇ ਆ ਸਾਰੇ ਜਣੇ ਸਾਡਾ ਫਰਸਟ ਹੈਂਡ ਅਕਾਊਂਟ ਆ ਉਹ ਤੁਹਾਡਾ ਡਿਸਕਸ ਕਰਦੇ ਆ 26 ਜਨਵਰੀ ਤੋਂ ਪਹਿਲਾਂ ਤੁਹਾਨੂੰ ਮੈਂ 25 ਜਨਵਰੀ ਦਾ ਦੱਸਦਾ ਅਸੀਂ ਉਦੋਂ ਹੀ ਸ਼ੁਰੂ ਕਰਤਾ ਸੀ ਪ੍ਰਚਾਰ ਕਰਨਾ ਲੋਕਾਂ ਨੂੰ ਅਵੇਅਰ ਕਰਾਉਣਾ ਕਿ ਕਿੱਦਾਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਜੋ ਭਾਵੇਂ ਉਹ ਟਾਇਰ ਗਿਆਸ ਆ ਭਾਵੇਂ ਉਹ ਆ ਅਮ ਯੋ ਪਾਣੀ ਦੇ ਬਿਛਾੜਾ ਵਾ ਉਹ ਸਾਰੇ ਲਈ ਅਸੀਂ ਰਾਤ ਨੂੰ ਇੱਥੇ ਵੱਡੀ ਮੀਟਿੰਗ ਰੱਖੀ ਉਹ ਚ ਹਲੇ ਦਵਾਲੇ ਦੇ ਲੋਕਾਂ ਨੂੰ ਬੁਲਾਇਆ ਕਿਸਾਨਾਂ ਨੂੰ ਬੁਲਾਇਆ ਡਾਕਟਰ ਸੀ ਉਹਦੇ ਵਿੱਚ ਅਸੀਂ ਸੀਪੀਆਰ ਟ੍ਰੇਨਿੰਗ ਸਾਰਾ ਕੁਝ ਦੱਸਿਆ ਆ ਮੈਡੀਕਲ ਕਿਟਸ ਹਜ਼ਾਰਾਂ ਦੀ ਤਦਾਦ ਤੇ ਅਸੀਂ ਮੈਡੀਕਲ ਕਿਟਸ ਵੰਡੀਆਂ ਫੇਰ ਗੱਲ ਕਰੀਏ 26 ਜਨਵਰੀ ਦੀ ਬਹੁਤ ਸੋਹਣਾ ਦਿਨ ਚੜਿਆ ਬੜਾ ਜੋਸ਼ ਹੀ ਲੋਕਾਂ ਵਿੱਚ ਥਾਂ ਥਾਂ ਤੇ ਤਿਰੰਗੇ ਲਹਿਰਾਉ ਰਹੇ ਨੇ ਸੀ ਤੇ ਦੇਸ਼ ਭਗਤੀ ਦੇ ਗਾਣੇ ਚੱਲ ਰਹੇ ਸੀ ਫਿਰ ਜੋ ਸੀ ਸੜਕਾਂ ਤੇ ਗਿਆ ਅਸੀਂ ਵੀ ਫੋਟੋਆਂ ਖਚਾਈਆਂ ਬੜਾ ਮਤਲਬ ਕੀ ਮਜ਼ੇ ਵਾਲਾ ਸਾਨੂੰ ਲੱਗਦਾ ਹੈ ਕਿ ਬਹੁਤ ਸੋਨਾ ਕੰਮ ਹੋਉਂਦਿਆ ਹਨ ਜਿਹੜੀ ਅ ਪ੍ਰੇਡ 1 ਵਜੇ ਸ਼ੁਰੂ ਨਹੀਂ ਸੀ ਉਹ ਸਵੇਰੇ 9 ਵਜੇ ਸ਼ੁਰੂ ਹੋ ਗਈ ਉਹ ਵੀ ਸਾਨੂੰ ਲੱਗਾ ਕਿ ਇਹ ਕੁਝ ਚਲੋ ਜੋ ਵੀ ਆ ਤੇ ਪਰ ਚਲੋ ਟਰੈਕਟਰ ਬੜੇ ਜੋਸ਼ ਨਾਲ ਪੁਲਿਸ ਨੇ ਵੀ ਕੁਝ ਨਹੀਂ ਕਿਹਾ ਟਰੈਕਟਰ ਚੱਲ ਰਹੇ ਆ ਸਾਡੇ ਵੱਲੋਂ 32 ਐਂਬੂਲੈਂਸਾਂ ਦਾ ਪ੍ਰਬੰਧ ਸੀ 220 ਵੌਲੰਟੀਅਰ ਦੀ ਟੀਮ ਸੀ ਵਿੱਚ ਡਾਕਟਰ ਨਰਸਿਸ ਫਾਰਮਾਸਿਸਟ ਉਹਨਾਂ ਨਾਲ ਆ ਵੋਲੰਟੀਅਰਸ ਸ਼ਾਮਿਲ ਸੀ ਓਨ ਦਾ ਗਰਾਉਂਡ 15 ਮੈਂਬਰ ਸਾਡੇ ਸਾਡੇ ਫੀਲਡ ਹਾਊਸ ਵਿੱਚ ਬੈਠੇ ਸੀ ਜਿਨ੍ਹਾਂ ਨੇ ਸਾਨੂੰ ਡਾਇਰੈਕਟ ਕਰਨਾ ਸੀ ਕਿ ਕਿੱਧਰ ਤੁਸੀਂ ਜਾਣਾ ਕਿੱਧਰ ਟ੍ਰਬਲ ਹੋ ਗਈ ਆ ਕਿੱਧਰ ਕੋਈ ਪੇਸ਼ੈਂਟ ਨੂੰ ਪ੍ਰੋਬਲਮ ਹੈ ਕਿਉਂਕਿ ਜਦੋਂ ਇੱਡੇ ਵੱਡੇ ਲੈਵਲ ਤੇ ਕੋਈ ਇਵੈਂਟ ਹੁੰਦੀ ਆ ਉਦੋਂ ਕੁਝ ਵੀ ਹੋ ਸਕਦਾ ਕੋਈ ਟ੍ਰੈਕਟਰ ਟੁੱਟੇ ਦੇਖ ਸਕਦਾ ਸੋ ਚੀਜ਼ ਕਰਕੇ ਅਸੀਂ ਆਪਣੇ ਆਪ ਨੂੰ ਅਵੇਅਰ ਉੱਥੇ ਅਵੇਲ ਕੀਤਾ ਸਾਨੂੰ ਇਹ ਲੱਗਦਾ ਜੀ ਸਰਕਾਰ ਵੱਲੋਂ ਵੀ ਐਮ뷸ੈਂਸ ਆਉਣਗੇ ਡਾਕਟਰ ਹੋਣਗੇ ਅਸੀਂ ਇਹੋ ਲੈ ਕੇ ਚੱਲੇ ਹਾਂ ਪਰ ਫਿਰ ਵੀ ਅਸੀਂ ਕਿਹਾ ਕਿ ਆਪਣੇ ਵੱਲੋਂ ਪੂਰੀ ਪ੍ਰੈਪਰੇਸ਼ਨ ਕਰਨੀ ਆ ਜੋ ਪਹਿਲਾ ਹੋਇਆ ਸੀ ਉਹ ਸਾਰੇ ਚੀਜ਼ਾਂ ਦਾ ਮੱਦੇ ਨਜ਼ਰ ਰੱਖ ਕੇ ਰਾਤ ਨੂੰ ਅਸੀਂ ਮੀਟਿੰਗ ਰੱਖੀ 25 ਨੂੰ ਅਸੀਂ ਉਦੋਂ ਡਿਸਾਈਡ ਕੀਤਾ ਕਿ ਨੰਗਲੋਹੀ ਆ ਇੱਕ ਜਗ੍ਹਾ ਜਿੱਥੋਂ ਟਰਾਲੀਆਂ ਟਰਨ ਹੋਣੀਆਂ ਤੇ ਜੇ ਕੋਈ ਟਰਬਲ ਹੋਣੀ ਆ ਇਹ ਨੰਗਲੋਹੀ ਹੋਣੀ ਆ ਤੇ ਅਸੀਂ ਇਹ ਕਿਹਾ ਕਿ ਅਹੀਂ ਆਪਣੀਆਂ ਸਾਰੀਆਂ ਐਂਬੂਲੈਂਸਾਂ ਨੰਗਲੋਹੀ ਜਾ ਕੇ ਪਾਰਕ ਕਰਾਂਗੇ ਫਿਰ ਉੱਥੇ ਵੇਖਾਂਗੇ ਕੀ ਹੋ ਰਿਹਾ ਕਿਹੋ ਜਿਹਾ ਮੂਡ ਆ ਕਿੱਦਾਂ ਚੱਲ ਰਿਹਾ ਅਸੀਂ ਜਦੋਂ ਨੰਗਲੋਹੀ ਪਹੁੰਚੇ ਤੇ ਉਦੋਂ ਨਾ ਬਹੁਤ ਅਸ਼ੀਆ ਘਟਨਾ ਹੋਈ ਹੈ ਜਿਹੜੀ ਸਾਨੂੰ ਹੁਣ ਸ਼ਰਮਿੰਦਾ ਕਰਦੀਆਂ ਜਾਂ ਉਸ ਟਾਈਮ ਤੇ ਅਸੀਂ ਲੋਕਾਂ ਨਾਲ ਦੱਸਣਾ ਚਾਹੁੰਦੇ ਆ ਉਹਨਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਅਸੀਂ ਗਏ ਅਸੀਂ ਆਪਣੇ ਐਂਬੂਲੈਂਸ ਤੋਂ ਉੱਤਰ ਕੇ ਬਾਹਰ ਆਉਂਦੇ ਆ ਤੇ ਉਸੇ ਵੇਲੇ ਲੋਕ ਸਾਡੇ ਵੱਲ ਆਉਂਦੇ ਆ ਉਹ ਉਧਰ ਜਾਓ ਉਧਰ ਪੁਲਿਸ ਵਾਲਿਆਂ ਦੇ ਲੱਤਾ ਵੜਤੀਆਂ ਲੰਗਾਣੇ ਕੀ ਹੈ ਕੀ ਹੋ ਗਿਆ ਇਹ ਕਿਦਾਂ ਹੋ ਸਕਦਾ ਅਸੀਂ ਦੋ ਡਾਕਟਰ ਆਪਣੇ ਭੇਜਦੇ ਅੱਗੇ ਜਾਓ ਵੇਖ ਕੇ ਔਰ ਜਾਜਾ ਲੈ ਕੇ ਆਓ ਕਿਉਂਕਿ ਬੈਰੀਕੇਡ ਤੇ ਜੇ ਟੁੱਟੇ ਨਹੀਂ ਇਦਾਂ ਹੀ ਬਾਅਦ ਚੋਂ ਫੇਰ ਕੋਈ ਬੰਦਾ ਆਉਂਦਾ ਉਹ ਪੁਲਿਸ ਵਾਲਿਆਂ ਨੇ ਤੁਹਾਡੇ ਬੰਦਿਆਂ ਦੇ ਸਿਰ ਸਿਰ ਪਾੜ ਤੇ ਅੱਗੇ ਉੱਥੇ ਜਾਓ ਫੇਰ ਇੱਕ ਆਉਂਦਾ ਕੋਈ ਬੰਦਾ ਜੀ ਅੱਗੇ ਟਰੈਕਟਰ ਤੋਂ ਡਿੱਗ ਪਿਆ ਉਹ ਇੱਕ ਟਰੈਕਟਰ ਤੇ ਕਿਸੇ ਦੇ ਪੈਰ ਚੜ ਗਿਆ ਟਰੈਕਟਰ ਪੈਰਾਂ ਤੇ ਜਦੋਂ ਇਹ 2-4 ਬੜੀ ਇਦਾਂ ਹੋ ਗਿਆ ਫਿਰ ਇਹ ਕਿਹਾ ਯਾਰ ਬੰਦੇ ਸੀ ਭੇਜੇ ਸੀ ਹੁਣ ਤੱਕ ਵਾਪਸ ਨਹੀਂ ਆਏ ਆਪਾਂ ਹੀ ਚੱਲਦੇ ਹੁਣ ਅਸੀਂ ਪੁਲਿਸ ਵਾਲਿਆਂ ਨੂੰ ਕਿਹਾ ਕਿ ਸਾਨੂੰ ਸਾਡੀ ਐਂਬੂਲੈਂਸਾਂ ਕੱਢਣ ਦਿਓ ਉਹ ਆਂਦੇ ਤੁਸੀਂ ਸੱਤ ਐਂਬੂਲੈਂਸਾਂ ਪਹਿਲਾਂ ਲੈ ਜਾਓ ਫੇਰ ਹੌਲੀ-ਹੌਲੀ 5-10 ਮਿੰਟ ਬਾਅਦ ਤਾਡੀ ਐਂਬੂਲੈਂਸਾਂ ਹੋਰ ਜਾਣ ਦਵਾਂਗੇ ਇਕੱਠਿਆਂ ਨਹੀਂ ਕੱਢ ਸਕਦੇ ਅਸੀਂ ਚਲੋ ਬਹੁਤ 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 ਪਿਆਰ ਨਾਲ ਪੁਲਸ ਵਾਲਿਆਂ ਨੇ ਸਾਡੇ ਸਾਡਾ ਸਾਥ ਦਿੱਤਾ ਕੋਈ ਅਸੀ ਗੱਲ ਨਹੀਂ ਅਸੀਂ ਆਪਣ ਐਂਬੂਲੈਂਸਾਂ ਐਂਬੂਲੈਂਸੀਜ਼ ਅੱਗੇ ਲੈ ਗਏ ਤੇ ਨੌਂਗਲੋਈ ਮੈਟਰੋ ਸਟੇਸ਼ਨ ਦੇ ਥੱਲੇ ਜਾ ਕੇ ਅਸੀਂ ਐਂਬੂਲੈਂਸਾਂ ਪਾਰ ਕਰਤੀਆਂ ਅਸੀਂ ਫਿਰ on foot ਹੋ ਗਏ ਵੇਖੀਏ ਕਿ ਕਿੱਥੇ ਉਹ ਹਰਕਤ ਹੋਈ ਆ ਅਸੀਂ ਜਿੱਦ ਕੋ ਵੀ ਜਾਈਏ ਪੁਲਸ ਵਾਲਾ ਕੋ ਜਾਈਏ ਕਿਸਾਨ ਦੇ ਉੱਥੇ ਹਜੇ ਕੋਈ ਹੈਗਾ ਨਹੀਂ ਪੁਲਸ ਵਾਲਾ ਕੋ ਜਾਈਏ ਇਦਾਂ ਕਿੱਥੇ ਹੋਇਆ ਕਿੱਥੇ ਤੁਹਾਡੇ ਬੰਦੇ ਦੀ ਲੱਤਾਂ ਵੱਡੀਆਂ ਐਕਚੁਅਲੀ ਉਹ ਵੀ ਸਾਡੇ ਵਾਲ ਵੇਖ ਕੇ ਹਸ ਲੱਗ ਪਏ ਕਿ ਇਹ ਕੀ ਗੱਲਾਂ ਕਰ ਰਿਆ ਕਿਉਂਕਿ ਐਸਾ ਕੁਝ ਹੋਇਆ ਹੀ ਨਹੀਂ ਸੀ ਫਿਰ ਅਸੀਂ ਕੀ ਰਹਿ ਲੈ esquita ਉਸ ਟਾਈਮ ਤੇ ਕਿ ਉਹ ਲੋਕਾਂ ਨੂੰ ਪਿੱਛੇ ਕੋਈ ਜਣਾ ਮੂਰਖ ਬਣਾ ਰਿਆ ਉਹ ਚਾਹੁੰਦਾ ਕਿ ਇਹ ਲੋਕ ਭੜਕਣ ਤੇ ਅੱਗੇ ਬੈਰੀਕੇਡ ਤੋੜ ਕੇ ਤੇ ਅੱਗੇ ਲੋਕਾਂ ਕੋ ਜਾਣ ਕਿਉਂਕਿ ਉਹਨਾਂ ਨੂੰ ਇਹ ਦੱਸ ਰਿਹਾ ਦੱਸਿਆ ਜਾ ਰਿਹਾ ਸੀ ਤੁਹਾਡੇ ਲੋਕਾਂ ਨੇ ਅੱਗੇ ਹੀ ਬੈਰੀਕੇਡ ਤੋੜਤੇ ਆ ਤੇ ਜੇ ਉਹੀ ਕੁਝ ਹੋ ਰਿਹਾ ਸੀ ਸਾਨੂੰ ਉਦੋਂ ਖਬਰਾਂ ਆਉਣ ਲੱਗ ਪਈਆਂ ਕਿ ਲੋਕੀ ਲਾਲ ਕਿਲੇ ਵੀ ਪਹੁੰਚ ਗਏ ਅਸੀਂ ਬਹੁਤ ਹੈਰਾਨ ਹੋਏ ਕਿ ਅੱਜ 9:30 ਵਜੇ ਅਜੇ ਆ ਨੰਗਲੋਹੀ ਵਰਗਾ ਜਿਹੜਾ ਬੈਰੀਕੇਡ ਛੋਟਾ ਜਾਂ ਬੈਰੀਕੇਡ ਆ ਉਹ ਤੇ ਜੇ ਕਿਸੇ ਨੇ ਤੋੜਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਤੇ ਲੋਕ ਸਿੰਘੂ ਵਾਲੇ ਲੋਕ ਲਾਲ ਕਿਲੇ ਵੀ ਪਹੁੰਚ ਗਏ ਉਹ ਬਾਅਦ ਚ ਮੈਨੂੰ ਜਸਟੀਵੀ ਵਾਲੀ ਟੀਮ ਤੋਂ ਪਤਾ ਲੱਗਾ ਹੋਰ ਲੋਕਾਂ ਦਾ ਪਤਾ ਲੱਗਾ ਕਿ ਦੂਜੇ ਸਿੰਘੂ ਵਾਲ ਤੇ ਕੋਈ ਬੈਰੀਕੇਡ ਹੀ ਨਹੀਂ ਹੈਗਾ ਸੀ ਉਹ ਜਿੱਧਰ ਸੜਕ ਲਾਲ ਕਿਲੇ ਵੱਲ ਜਾਣੀ ਸੀ ਉਹ ਸੜਕ ਖੁੱਲੀ ਸੀ ਤੇ ਜਿਹੜੀ ਸੜਕ ਬੰਦ ਚਾਹੀਦੀ ਸੀ ਉਹ ਖੁੱਲੀ ਸੀ ਜਿਹੜੀ ਖੁੱਲੀ ਚਾਹੀਦੀ ਉਹ ਬੰਦ ਸੀ ਤੇ ਇਹਦਾ ਵੀ ਅਸੀਂ ਇਹ ਸੋਚਿਆ ਕਿ ਯਾਰ ਜਿੱਦਾਂ ਅਸੀਂ ਆਣਾ ਅਮਰੀਕਾ ਤੋਂ ਆਏ ਆ ਸਾਨੂੰ ਕੀ ਪਤਾ ਕਿਹੜੀ ਸੜਕ ਕਿੱਧਰ ਜਾਂਦੀ ਆ ਇਦਾਂ ਜਿਹੜੇ ਪੰਜਾਬ ਦੇ ਲੋਕ ਪਿੰਡਾਂ ਦੇ ਲੋਕ ਆ ਪਿੰਡਾਂ 'ਚ ਰਹਿਣ ਵਾਲੇ ਉਹਨਾਂ ਨੂੰ ਕੀ ਪਤਾ ਕਿਹੜੀ ਸੜਕ ਜਾਂਦੀ ਲਾਲਕੇਲੇ ਵੱਲ ਕਿਹੜੀ ਕਿੱਧਰ ਜਾਂਦੀ ਆ ਸੋ ਕਿਤੇ ਨਾ ਕਿਤੇ ਲੋਕਾਂ ਦਾ ਉੱਲੂ ਬਣਾਇਆ ਗਿਆ ਮੈਂ ਇਹੋ ਕਹੂੰਗਾ ਸਾਡਾ ਉੱਲੂ ਬਣਾਇਆ ਗਿਆ ਉਦੋਂ ਪਰਪਸਲੀ ਸਾਨੂੰ ਸੌਰੀ ਟਾਇਰ ਗਿਆ ਸਾਡੇ ਬਹੁਤ ਉਦੋਂ ਵੱਜੀ ਆ অলਮੋਸਟ 10 12 ਘੰਟੇ ਟਾਇਰ ਗਿਆ ਇਸ ਖੰਗ ਅੰਦਰ ਤੱਕ ਹਾਂ ਇਹ ਤਾਂ ਗੈਨੀਆ ਸਾਡੀ ਸਾਰੀ ਟੀਮ ਫਟੜਿਆ ਸੋ ਮੈਂ ਅਪੋਲੋਜਾਈਜ਼ ਕਰਦਾ ਬਾਰ-ਬਾਰ ਜਿਹੜਾ ਖੰਗਣਦਿਆਂ ਸੋ ਦਿਨ ਜੋ ਸਾਨੂੰ ਲੱਗਦਾ ਕਿ ਸਾਨੂੰ ਇੱਕ ਹਿਸਾਬ ਦਾ ਕਹਿ ਲੋ ਕਿ ਕਿਸੇ ਨੂੰ ਬਾਂਸਰੀ ਵਜਾ ਕੇ ਤੁਸੀਂ ਖੂਬ ਵੱਲ ਲੈ ਜਾਂਦੇ ਜੋ ਸਾਡੇ ਨਾਲ ਉਹ ਹੋਇਆ ਚਲੋ ਜੋ ਵੀ ਆ ਹੁਣ ਗੱਲ ਆ ਕਰਦੇ ਆ ਅਸੀਂ ਜੋ ਨੰਗਲੋਈ ਮੈਟਰੋ ਸਟੇਸ਼ਨ ਤੇ ਆਪਣੇ ਗੱਡੀਆਂ ਪਾਰਕ ਕਰਤੀਆਂ ਅਸੀਂ ਪੁਲਿਸ ਵਾਲਿਆਂ ਨਾਲ ਗੱਲਬਾਤ ਕਰ ਰਹੇ ਆ ਉਹ ਕੋਈ ਆਂਦਾ ਕੁਝ ਨਹੀਂ ਹੋਇਆ ਇੱਥੇ ਉਦੋਂ ਅਸੀਂ ਗੱਲਬਾਤ ਹੀ ਕਰ ਰਹੇ ਆ ਤੇ ਉਧਰ ਕੀ ਹੁੰਦਾ ਕਿ ਜਿਹੜਾ ਹੈਗਾ ਵਾ ਬੈਰੀਕੇਡ ਸੀ ਉੱਥੇ ਝੜਪ ਹੋ ਜਾਂਦੀ ਆ ਦੋ ਪੁਲਸ ਵਾਲੇ ਆ ਜਿਹੜੇ ਚਪੇੜਾ ਮਾਰਨ ਲੱਗ ਪੈਂਦੇ ਆ ਮੁੰਡਿਆਂ ਨੂੰ ਉੱਥੇ ਖਲੋਤਿਆਂ ਉਦੋਂ ਹਾਫਲਾ ਤਫਰੀ ਮਚ ਜਾਂਦੀ ਆ ਇੱਕ ਟਾਇਰ ਗੈਸ ਛੱਡੀ ਜਾਂਦੀ ਆ ਜਿਹੜੀ ਜਾ ਕੇ ਸਿੱਧੀ ਮੂੰਹ ਤੇ ਵੱਜਦੀ ਆ ਇੱਕ ਜੌਨ ਡੀਅਰ ਟਰੈਕਟਰ ਚਲਾ ਰਿਆ ਸੀ ਬੰਦਾ ਉਹਦੇ ਜਦੋਂ ਉਹ ਟਾਇਰ ਗੈਸ ਵੱਡੀ ਉਹਦਾ ਕਾਫੀ ਮੂੰਹ ਇੱਕ ਹੱਦ ਤੱਕ ਉਹ ਮੈਨੂੰ ਚਿਹਰਾ ਨਹੀਂ ਕਦੀ ਭੁੱਲਣਾ ਉਹ ਜਦੋਂ ਉਹ ਟਾਇਰ ਗੈਸ ਵੱਜੀ ਉਹਦਾ ਕੰਟਰੋਲ ਕਹ ਲਓ ਕੀ ਲੂਜ਼ ਹੋ ਗਿਆ ਉਹ ਬੰਦੇ ਨੇ ਟਰੈਕਟਰ ਆਪਣਾ ਬੈਰੀਕੇਡ ਤੋਂ ਕੱਢਤਾ ਉਹ ਬੈਰੀਕੇਡ ਤੋਂ ਕੱਢ ਕੇ ਉਹ ਤੇ ਚੱਲ ਗਿਆ ਅੱਗੇ ਉਹਦੇ ਪਿੱਛੇ ਸਹੀਂ ਦੋ ਐਂਬੂਲੈਂਸਾਂ ਵੀ ਗੱਡੀਆਂ ਕਿਉਂਕਿ ਉਹਦਾ ਜੋ ਹਾਲਾਤ ਹੀ ਪਰ ਉਹ ਬੰਦਾ ਰੁਕਿਆ ਨਹੀਂ ਉਹ ਚੱਲਦਾ ਗਿਆ ਉਦੋਂ ਬੈਰੀਕੇਡ ਟੁੱਟਾ ਤੇ ਉਥੇ ਡੰਗਾ ਵੱਜਣ ਲੱਗ ਪਿਆ ਉਥੇ ਮਤਲਬ ਕਿ ਪੂਰਾ ਜੋਰ ਸ਼ੋਰ ਹੋ ਗਿਆ ਪੁਲਿਸ ਵਾਲੇ ਵੀ ਜ਼ਖਮੀ ਹੁੰਦੇ ਆ ਇੱਕ ਦੋ ਤੇ ਟਰੈਕਟਰ ਜਦੋਂ ਨਿਕਲਿਆ ਉਦੋਂ ਹੀ ਹੋ ਗਏ ਕਿਸਾਨ ਵੀ ਹੋਏ ਅਸੀਂ ਉਹ ਸਾਰਿਆਂ ਨੂੰ ਲੈ ਆ ਕੇ ਉੱਥੇ ਆਪਣੇ ਉੱਥੇ ਲੰਮੇ ਪਾ ਲਿਆ ਅਸੀਂ ਫੀਲਡ ਹਸਪੀਟਲ ਉੱਥੇ ਸੈੱਟ ਕਰ ਲਿਆ ਤੇ ਮੇਬੀ 2-3 ਘੰਟੇ ਉੱਥੇ ਫੀਲਡ ਹਸਪੀਟਲ 'ਚ ਅਸੀਂ ਪੇਸ਼ੈਂਟ ਵੇਖਦੇ ਰਹੇ ਵਿੱਚੋਂ ਸੀਆਰਪੀ ਦੇ ਅਣਗਿਣਤ ਜਵਾਨ ਪੁਲਿਸ ਦੇ ਤੇ ਕਿਸਾਨ ਤੇ ਛੱਡੋ ਹੀ ਮਤਲਬ ਉਹਨਾਂ ਦਾ ਨੰਬਰ ਹੀ ਕੋਈ ਨਹੀਂ ਕਿੰਨੇ ਅਸੀਂ ਵੇਖੇ ਬਹੁਤ ਧੰਨੂ ਅਸੀਂ ਉੱਥੇ ਸਟੇਬਲਾਈਜ਼ ਕਰਕੇ ਐਂਬੂਲੈਂਸਾਂ 'ਚ ਪਾ ਕੇ ਹਸਪੀਟਲ ਵੀ ਅਸੀਂ ਭੇਜਿਆ ਤੁਸੀਂ ਹੈਰਾਨ ਹੋਗੇ ਇੱਕ ਵੀ ਸਰਕਾਰੀ ਡਾਕਟਰ ਨਹੀਂ ਉੱਥੇ ਆਇਆ ਉਹ ਪੁਲਿਸ ਵਾਲਿਆਂ ਲਈ ਵੀ ਨਹੀਂ ਆਇਆ ਸੀਆਰਪੀ ਵਾਲਿਆਂ ਲਈ ਵੀ ਕੋਈ ਸਰਕਾਰੀ ਡਾਕਟਰ ਨਹੀਂ ਆਇਆ ਇੱਕ ਵੀ ਐਂਬੂਲੈਂਸ ਨਹੀਂ ਆਈ ਸਰਕਾਰੀ ਉੱਥੇ 2 ਘੰਟੇ ਤੋਂ ਵੱਧ ਟਾਈਮ ਉੱਥੇ ਟਰੀਟ ਕਰ ਰਹੇ ਆ ਪੁਲਿਸ ਵਾਲਿਆਂ ਦੇ ਸਿਰ ਪਾਟੇ ਆ ਸੀਆਰਪੀ ਵਾਲਿਆਂ ਦੇ ਇੰਜਰੀਜ਼ ਹੋਈਆਂ ਵਾ ਕਿਸਾਨਾਂ ਦੇ ਇੰਜਰੀਜ਼ ਹੋਈਆਂ ਵਾ ਇੱਕ ਵੀ ਸਰਕਾਰੀ ਡਾਕਟਰ ਨਹੀਂ ਉੱਥੇ ਆਉਂਦਾ ਸਰਕਾਰ ਵੱਲੋਂ ਇਹ ਗੱਲ ਪੁੱਛਣੀ ਪਊਗੀ ਸ਼ਾਇਦ ਦਿੱਲੀ ਵਿੱਚ ਪੈਂਦਾ ਲੰਗਲੋਈ ਦਿੱਲੀ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ ਕਿ ਕਿੱਥੇ ਸੀ ਉਹ ਡਾਕਟਰ ਚਾਹੀਦੇ ਨਹੀਂ ਸੀ ਡਾਕਟਰ ਚਲੋ ਅਸੀਂ ਫੀਲਡ ਆ ਹਸਪੀਟਲ ਆਪਣਾ ਬਣਾਇਆ ਹੌਲੀ ਹੌਲੀ ਪੁਲਿਸ ਵਾਲਿਆਂ ਨੇ ਵੀ ਵੇਖ ਲਿਆ ਕਿ ਇਹ ਬੰਦੇ ਕਿੰਨਾ ਸੋਹਣਾ ਕੰਮ ਕਰ ਰਹੇ ਆ ਉਹਨਾਂ ਨੇ ਵੀ ਸਾਡੇ ਇੱਕ ਪਹਿਲਾਂ ਸਾਡਾ ਬੈਰੀਕੇਡ ਆ ਸਾਡੇ ਮੁੰਡਿਆਂ ਦਾ ਫਾਇਰ ਰਿਵਰ ਹਾਰਟ ਐਸੋਸੀਏਸ਼ਨ ਵਾਲਿਆਂ ਦਾ ਉਸ ਤੋਂ ਬਾਅਦ ਈਸਆਰਪੀ ਵਾਲਿਆਂ ਨੇ ਪੁਲਿਸ ਵਾਲਿਆਂ ਨੇ ਆਪਣਾ ਬੈਰੀਕੇਡ ਲਾ ਲਿਆ ਕਿ ਇੱਥੇ ਕੋਈ ਡਿਸਟਰਬੈਂਸ ਨਾ ਹੋਵੇ ਤੇ ਉਹ ਕਿਸਾਨ ਵੀ ਅਸੀਂ ਉਹਦੇ ਵਿੱਚ ਹੀ ਲਈ ਆਉਂਦੇ ਆ ਕੋਈ ਰੋਕ ਨਹੀਂ ਜਾ ਪਤਾ ਨਹੀਂ ਕਿੱਥੋਂ ਦੋ ਮੁੰਡੇ ਆਉਂਦੇ ਆ ਡਾਂਗਾ ਫੜੀਆਂ ਹੁੰਦਾਂ ਨੇ ਆਉਂਦੇ ਵੀ ਦੂਜੇ ਬੰਨਿਓ ਬੈਰੀਕੇਟ ਵੱਲੋਂ ਨਹੀਂ ਦੂਜੇ ਬੰਨਿਓ ਭੱਜੇ ਆਉਂਦੇ ਆ ਮੇਰੇ ਅੱਖਾਂ ਦੇ ਸਾਹਮਣੇ ਇਹ ਚੀਜ਼ ਹੋਈ ਕਿਉਂਕਿ ਮੈਂ ਉੱਥੇ ਖਲੋਤਾ ਸੀ ਕੋਈ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਪਰ ਜਦੋਂ ਇਹ ਸਾਡੇ ਬੈਰੀਕੇਟ ਆਪਣੇ ਸਾਡੇ ਫੀਲਡ ਹਸਪੀਟਲ 'ਚ ਪਹੁੰਚਦੇ ਉਹਨਾਂ ਦੇ ਡਾਂਗਾ ਸ਼ੁਰੂ ਹੋ ਜਾਂਦੀਆਂ ਉਹਨਾਂ ਦੇ ਦੇ ਡਾਂਗਾ ਵੱਜਦੀਆਂ ਵੱਜਦੀਆਂ ਨਾਲ ਸਾਡੇ ਵੀ ਡਾਂਗਾ ਮਾਰ ਲੱਗ ਪੈਂਦੇ ਆ ਪਰ ਇੱਕ ਚੀਜ਼ ਸੀ ਉਹਦੋਂ ਕਹੀ ਸੀ ਅਸੀਂ ਕਿ ਆ ਸਾਨੂੰ ਭਾਵੇਂ ਜਾਨੋਂ ਕੋਈ ਮਾਰ ਦੇ ਜਿੰਨੀ ਮਰਜੀ ਡਾਂਗਾ ਮਾਰਦੇ ਕੁਛ ਵੀ ਹੋ ਜੇ ਅਸੀਂ ਕਿਸੇ ਤੇ ਹੱਥ ਨਹੀਂ ਚੁੱਕਣਾ ਕਿਸੇ ਨਾਲ ਬੈਸਣਾ ਨਹੀਂ ਡਾਕਟਰ ਨੂੰ ਬਹੁਤ ਕੁੱਟ ਪਈ ਤਿੰਨ ਮੁੰਡਿਆਂ ਦੀਆਂ ਬਾਹਾਂ ਤੋੜਤੀਆਂ ਇੱਕ ਦੀ ਪੂਰੀ ਖੋਪੜੀ ਬੰਦਾ ਖੋਲਤੀ ਉਹਨਾਂ ਨੇ ਕਿਸੇ ਨੇ ਕੁਛ ਨਹੀਂ ਕਿਹਾ ਡਾਕਟਰ ਨੇ ਕੁਛ ਨਹੀਂ ਕਿਹਾ ਰੌਲਾ ਜ਼ਰੂਰ ਪਾਇਆ ਮੈਨੂੰ ਵੀ ਆ ਕੇ ਦੱਸਿਆ ਬਈ ਡਾਕਟਰਾਂ ਤੂੰ ਕੀ ਕਰੀ ਜਾਂਦਾ ਸਾਡੇ ਬੰਦਿਆਂ ਨੂੰ ਉੱਥੇ ਕੁੱਟੀ ਜਾਂਦੇ ਤੂੰ ਇਹਨਾਂ ਦੀਆਂ ਪੱਟੀਆਂ ਕਰੀ ਜਾਂਦਾ ਉੱਥੇ ਚਲੋ ਸਾਰਿਆਂ ਨੂੰ ਸ਼ਾਂਤ ਕੀਤਾ ਸੀ ਫਿਰ ਅਸੀਂ ਇਹ ਹਡਲ ਕਾਲ ਕਰ ਲੀਓ ਛੇਤੀ ਛੇਤੀ ਮੈਂ ਆਪਣੇ ਡਾਕਟਰ ਟੀਮ ਨੂੰ ਸਾਰਿਆਂ ਨੂੰ ਵੌਲੰਟੀਅਰਸ ਨੂੰ ਬੁਲਾਇਆ ਕਿ ਬਈ ਹਡਲ ਕਰੋ ਕਿਉਂਕਿ ਹਾਰੇ ਦੇ ਵਿੱਚ ਕੁਐਸਚਨ ਆ ਕੀ ਹੁਣ ਆਪਾਂ ਇਹਨਾਂ ਦਾ ਇਲਾਜ ਕਰਦੇ ਰਹਿਣਾ ਜਿਨ੍ਹਾਂ ਨੇ ਆਪਾਂ ਨੂੰ ਕੁੱਟਿਆ ਗਿਆ ਆਪਾਂ ਅੱਗੇ ਚੱਲੀਏ ਅਸੀਂ ਹਡਲ ਕਰਦੇ ਆ ਕਿ ਉੱਥੇ ਇੱਕ ਪੁਲਸ ਵਾਲਾ ਮੈਨੂੰ ਉਹਦਾ ਵਿਚਾਰਾ ਨਹੀਂ ਭੁੱਲਣਾ ਮੇਰੇ ਫਾਦਰ ਸਾਹਿਬ ਦੀ ਉਮਰ ਦਾ ਹੋਊਗਾ ਅੱਖਾਂ ਚੋਂ ਦੇ ਅਥਰੂ ਤੇ ਹੱਥ ਜੋੜ ਕੇ ਸਾਨੂੰ ਆਂਦਾ ਕਿ ਸਾਡੇ ਕੋ ਹਮਸੇ ਬਹੁਤ ਗਲਤੀ ਹੋ ਗਈ ਹੈ ਕਿਸ ਨੇ ਕੀਤਾ हमको ਨਹੀਂ मालूम ਬਸ ਉਹਦੀ ਇਨੀ ਕਹਿਣ ਦੀ ਮੈਨੂੰ ਲੋੜ ਸੀ ਕਿ ਮੇਰੇ ਵੀ ਹੌਸਲਾ ਬਲੰਦ ਹੋ ਗਿਆ ਕਿਉਂਕਿ ਜੇ ਪੁਲਸ ਵਾਲਿਆਂ ਨੂੰ ਨਹੀਂ ਪਤਾ ਸੀ CRP ਵਾਲਿਆਂ ਨੂੰ ਨਹੀਂ ਉੱਥੇ ਪਤਾ ਕਿ ਕੌਣ ਸਾਨੂੰ ਕੁੱਟ ਗਿਆ ਤੇ ਅਸੀਂ ਉਹਨਾਂ ਨੂੰ ਕਿਉਂ ਇਦਾਂ ਕਰ ਸਕਦੇ ਆ ਤੇ ਇੱਕ ਨਹੀਂ ਉੱਥੇ ਕਿੰਨੇ CRP ਵਾਲਿਆਂ ਨੇ ਤੇ ਕਿੰਨੇ ਪੁਲਸ ਵਾਲਿਆਂ ਨੇ ਸਾਰ ਤੋਂ ਮਾਫੀਆਂ ਮੰਗ ਲਈਆਂ ਦੋ ਮਿੰਟਾਂ ਚ ਉਹਨਾਂ ਨੇ ਮਾਫੀਆਂ ਮੰਗੀਆਂ ਨਹੀਂ ਅਸੀਂ ਆਪਣੀ ਵੋਟ ਪਾ ਲਈ ਭਈ ਸਾਰੇ ਜਣੇ ਹੱਥ ਉੱਪਰ ਜਾਂ ਥੱਲੇ ਕਰੋ ਕਿੰਨੇ ਜਾਣਾ ਤੇ ਕਿੰਨੇ ਰਹਿਣਾ ਸਾਰੇ ਆਂਦੇ ਅਸੀਂ ਨਹੀਂ ਇਥੇ ਥੇਲਣਾ ਕਿ ਉਹ ਉਸ ਵੇਲੇ ਪੁਲਸ ਵਾਲੇ ਦਾ ਇਲਾਜ ਚੱਲ ਰਿਹਾ ਸੀ ਵੱਡੀ ਗੱਲ ਇਹ ਜਦੋਂ ਸਾਨੂੰ ਕੁੱਟ ਪੈ ਰਹੀ ਸੀ ਸਾਡੇ ਪੈਰਾਂ 'ਚ ਦੋ ਪੁਲਸ ਵਾਲਿਆਂ ਦਾ ਇਲਾਜ ਚੱਲ ਰਿਹਾ ਸੀ ਨਾਲ ਕਿਸਾਨ ਦਾ ਅਸੀਂ ਕਿਹਾ ਇਹ ਨਹੀਂ ਲੈਣਾ ਅਸੀਂ ਆਪਣਾ ਇਲਾਜ ਕਰਕੇ ਜਾਵਾਂਗੇ ਅਸੀਂ ਆਪਣਾ ਇਲਾਜ ਉੱਥੇ ਫਿਰ ਕੰਟੀਨਿਊ ਕਰਤਾ ਪਰ ਇੱਕ ਗੱਲ ਪੱਕੀ ਹੋ ਗਈ ਸਾਨੂੰ ਕਿ ਜਿੱਦਾਂ ਇੱਕ ਬੰਨੇ ਹੋਰ ਸੌਰੀ ਇੱਕ ਹੋਰ ਚੀਜ਼ ਉੱਥੇ ਹੀ ਸਾਨੂੰ ਇੱਕ ਪੁਲਸ ਵਾਲਾ ਜਦੋਂ ਸਾਰੇ ਪੁਲਸ ਵਾਲੇ ਮਾਫੀ ਮੰਗ ਰਹੇ ਇੱਕ ਹੋਰ ਪੁਲਸ ਵਾਲਾ ਸੀ ਜਿਹੜਾ ਸਾਨੂੰ ਕਹਿੰਦਾ ਓਏ ਗਦਾਰ ਆ ਗਦਾਰ ਆ ਅਸੀਂ ਕਿਹੜੇ ਗਦਾਰ ਯਾਰ ਅਸੀਂ ਤੇ ਸੇਵਾ ਕਰਨ ਦੇ ਆ ਇੰਨੀ ਗੱਲ ਦੀ ਥੋੜੇ ਉਹਨੂੰ ਵੀ ਉਹਨਾਂ ਨੇ ਤੋੜਤਾ ਕੌਣ ਸੀ ਉਹ ਆਈ ਡੋਨਟ ਨੋ ਟੈਗ ਨੇਮ ਟੈਗ ਨਹੀਂ ਲੱਗੇ ਸੀ ਉਹਨਾਂ ਦੇ ਪਰ ਉਹ ਕੌਪ ਦਾ ਰੋਣਾ ਉਹ ਪੁਲਿਸ ਵਾਲਿਆਂ ਦਾ ਰੋਣਾ ਮੈਨੂੰ ਇੱਕ ਗੱਲ ਦੱਸ ਗਿਆ ਕਿ ਜਿੱਦਾਂ ਸਾਡੇ ਵੱਲ ਲੋਕ ਸੀ ਨਾ ਉਸ ਦਿਨ ਗਲਤ ਫਹਿਮੀਆਂ ਪਰ ਲੋਕਾਂ ਨੂੰ ਢਕਾਉਂਦੇ ਐ ਇਦਾਂ ਹੀ ਪੁਲਿਸ ਵਾਲੀ ਸਾਈਡ ਵੀ ਲੋਕ ਐਸੇ ਸੀ ਜਿਹੜੇ ਗਲਤ ਫਹਿਮੀਆਂ ਤੇ ਲੋਕਾਂ ਨੂੰ ਢਕਾਉਂਦੇ ਸੀ ਜਿਹੜੀ ਉਹ ਟੀਅਰ ਗੈਸ ਕਿਸੇ ਦੇ ਮੂੰਹ ਤੇ ਵੱਜੀ ਕਿੰਨਾ ਕਿਤੇ ਮੈਨੂੰ ਲੱਗਦਾ ਉਹ ਸ਼ਾਇਦ ਪੁਲਿਸ ਵਾਲਾ ਬੰਦਾ ਨਹੀਂ ਹੋਗਾ ਕੋਈ ਹੋਰ ਹੋਗਾ ਇਹ ਸਾਰੀ ਸਰਕਾਰ ਨੂੰ ਇਹਦੀ ਇਨਵੈਸਟੀਗੇਸ਼ਨ ਕਰਨੀ ਪਣੀ ਹੈ ਕਿ ਜਿਹੜੇ ਉਹ ਟਾਇਰ ਗੈਸ ਦੀਆਂ ਸ਼ੈਲਜ਼ ਲੋਕਾਂ ਦੇ ਮੂੰਹਾਂ ਵੱਲ ਵੱਜੀਆਂ ਵਾਂ ਉਹ ਪੁਲਸ ਨੇ ਮਾਰਿਆ ਹੈ ਸੀਆਰਪੀ ਨੇ ਮਾਰਿਆ ਕਿ ਕੋਈ ਹੋਰ ਆ ਕੇ ਸੀਆਰਪੀ ਪੁਲਸ ਦੀ ਯੂਨੀਫਾਰਮ ਵਿੱਚ ਉਹ ਕਰ ਗਿਆ ਉਹ ਕੰਮ ਇਹਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਇੰਨੀ ਕਿ ਦੇਰ ਸੀ ਕਿ ਸਾਨੂੰ ਸਾਡ ਸਾਨੂੰ ਕੁੱਟ ਪਈ ਪੁਲਸ ਵਾਲਿਆਂ ਨੇ ਮਾਫੀ ਮੰਗੀਆਂ ਸੀ ਡਿਸਾਈਡ ਕਰ ਲਿਆ ਸੀ ਇੱਥੇ ਕੰਮ ਕਰਨਾ ਕਿ ਕਿੰਨਾ ਕਿਤੇ ਪੁਲਿਸ ਵਾਲਾ ਜਿਹੜਾ ਹੌਸਲਾ ਟੁੱਟ ਗਿਆ ਕਿ ਇਹ ਕੀ ਕਰ ਰਿਹਾ ਹਨਾ ਅਸੀਂ ਕੀ ਕਰ ਰਹੇ ਹਾਂ ਤੇ ਜਿਹੜਾ ਨੌਂਗਲੋਈ ਦਾ ਬੈਰੀਕੇਡ ਟੁੱਟ ਗਿਆ ਔਰ ਤੁਸੀਂ ਹੈਰਾਨ ਹੋਗੇ ਨੌਂਗਲੋਈ ਦਾ ਬੈਰੀਕੇਡ ਕਿ ਟੁੱਟਾ ਉਹੀ ਲੋਕ ਜਿਹੜੇ ਇੱਕ ਬੰਨੇ ਦੂਜੇ ਬੰਨੇ ਇੱਕ ਦੂਜੇ ਨੂੰ ਅਟੈਕ ਕਰ ਰਹੇ ਸੀ ਉਹ ਬੜੇ ਪਿਆਰ ਨਾਲ ਤੁਰ ਰਹੇ ਆ ਉਦੋਂ ਹੀ ਪੁਲਿਸ ਵਾਲੇ ਸੜਕ ਤੇ ਤੁਰਦੇ ਅੱਗੇ ਉੱਥੇ ਹੀ ਕਿਸਾਨ ਵੀਰ ਤੁਰ ਹੀ ਜਾਂਦੇ ਆ ਕੋਈ ਕਿਸੇ ਨੂੰ ਇੱਕ ਗਾਲ ਨਹੀਂ ਕੱਢਣ ਦਿਆ ਕੋਈ ਇੱਕ ਡੰਡਾ ਨਹੀਂ ਮਾਰਨ ਦਿਆ ਬੜੀ ਹੈਰਾਨਗੀ ਦੀ ਗੱਲ ਆ ਇਹ ਗੱਲਾਂ-ਗੱਲਾਂ ਦੇ ਵਿੱਚ ਹੀ ਇੰਟਰਨੈਟ ਕਨੈਕਸ਼ਨ ਵੀ ਕੱਟ ਹੋ ਜਾਂਦੇ ਆ ਸਾਡਾ ਨਾਤਾ ਟੁੱਟ ਜਾਂਦਾ ਆਲੇ-ਦੁਆਲੇ ਨਾ ਸਾਨੂੰ ਪਤਾ ਨਹੀਂ ਕੀ ਹੋ ਰਿਹਾ ਲੋਕਾਂ ਨੂੰ ਪਤਾ ਨਹੀਂ ਕੀ ਹੋ ਰਿਹਾ ਪਰ ਗਲਤ ਫਹਿਮੀਆਂ ਗਲਤ ਹਵਾਵਾ ਬਹੁਤ ਜ਼ਿਆਦਾ ਮਿਸ ਇਨਫਾਰਮੇਸ਼ਨ ਹੋ ਰਹੀ ਆ ਉਸ ਟਾਈਮ ਤੇ ਹੋਣੀ ਸ਼ੁਰੂ ਹੋ ਗਈ ਕਿ ਭਈ ਲਾਲ ਕਿਲੇ 'ਚ ਆ ਹੋ ਗਿਆ ਇੱਥੇ ਆ ਹੋ ਗਿਆ ਉੱਥੇ ਤੁਹਾਡੇ ਬੰਦਿਆਂ ਨੂੰ ਇਦਾਂ ਮਾਰਤਾ ਕਿਸਾਨਾਂ ਤੋਂ ਸਾਨੂੰ ਬਹੁਤ ਸੁਣਨ ਨੂੰ ਮਿਲਿਆ ਪੁਲਿਸ ਵਾਲਿਆਂ ਤੋਂ ਸਾਨੂੰ ਸੁਣ ਉਹ ਵੀ ਸਾਡੋ ਕੋ ਅੱਗੇ ਪੁੱਛਦੇ ਸੀ ਕਿ ਅੱਗੇ ਕੀ ਹੋ ਰਿਹਾ ਕਿਉਂਕਿ ਸਾਡੇ ਬੰਦੇ ਕਈ ਫੋਨ ਕਰਦੇ ਸੀ ਆਲੇ-ਦੁਆਲੇ ਕਿਉਂਕਿ ਸਾਡੀ ਫੀਲਡ ਹਾਊਸ ਸੀ ਡਾਕਟਰੀ ਦਾ ਉਤੋਂ ਅਸੀਂ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਦੇ ਸਾਂ ਸ਼ਾਮ ਦਾ ਟਾਈਮ ਹੋ ਗਿਆ ਅਸੀਂ ਇੱਕ ਬੈਰੀਕੇਡ ਤੋਂ ਅੱਗੇ ਬੈਰੀਕੇਡ ਜਾਂਦੇ ਸਾਂ ਜਦੋਂ ਸਾਨੂੰ ਫਿਰ ਅਸੀਂ ਇਹ ਡਿਸਾਈਡ ਕਰ ਲਿਆ ਕਿ ਅਸੀਂ ਅੱਗੇ ਨਹੀਂ ਜਾ ਸਕਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਅੱਗੇ ਕੀ ਹੋ ਰਿਹਾ ਸਾਨੂੰ ਫੀਲਡ ਹਾਊਸ ਆਈਏ ਆਪਾਂ ਆਪਣੇ ਕੈਲੀਫੋਰਨੀਆ ਅਸੀਂ ਵਾਪਸ ਆਈਏ ਉੱਥੇ ਜਾ ਕੇ ਆਪਣੀਆਂ ਨਾਲੇ ਸਪਲਾਈਆਂ ਰੀਗੈਦਰ ਕਰੀਏ ਐਂਬੂਲੈਂਸਿਸ ਰੀਦ ਗੈਦਰ ਕਰੀਏ ਕਿਉਂਕਿ ਕੋਈ ਕੋਸ਼ ਐਂਬੂਲੈਂਸ ਸਾਡੀ ਅੱਗੇ ਨਹੀਂ ਆ ਸਕੀਆਂ ਜਾਮਚੀ ਫਸਲੀਆਂ ਪਿੱਛੋਂ ਕਿੰਨੇ ਤੇ ਟਰੈਕਟਰ ਅੱਗੇ ਨਹੀਂ ਆਏ ਰੀਗੈਦਰ ਕਰਕੇ ਫਿਰ ਆਪਾਂ ਵਾਪਸ ਆਵਾਂਗੇ ਫਿਰ ਆਪਾਂ ਜਿੱਥੇ ਆਪਾਂ ਨੂੰ ਲੋਡ ਹੋ ਗਈ ਉਹ ਤੋਂ ਆਪਾਂ ਉੱਥੇ ਆਪਾਂ ਜਾਵਾਂਗੇ ਅਸੀਂ ਵਾਪਸ ਆ ਗਏ ਪਰ ਹੁਣ ਕੁਝ ਕੁਐਸਚਨਸ ਆ ਮੇਰੇ ਅੱਗੇ ਕੌਣ ਸੀ ਉਹ ਲੋਕ ਪਹਿਲੀ ਗੱਲ ਤੇ ਜਿਹੜੇ ਕਿਸਾਨਾਂ ਵਾਲੇ ਕਿਸਾਨਾਂ ਨੂੰ 扑ਕਾਉਂਦੇ ਸੀ ਉਹ ਦੋ ਚਾਰ ਲੋਕ ਸੀ ਕੌਣ ਸੀ ਉਹ ਲੋਕ ਜਿਹਨਾਂ ਨੇ ਟੀਰ ਗੈਸਾਂ ਛੱਡੀਆਂ ਮੂੰਹਾਂ ਤੇ ਕੌਣ ਸੀ ਉਹ ਲੋਕ ਜਿਹੜੇ ਸਾਨੂੰ ਆਗੇ ਕੁੱਟ ਗਏ ਡਾਕਟਰਾਂ ਨੂੰ ਇੰਟਰਨੈਟ ਕਨੈਕਸ਼ਨ ਕਿਉਂ ਬੰਦ ਕੀਤੇ ਗਏ ਉਹਦੇ ਨਾਲ ਮਿਸ ਇਨਫਾਰਮੇਸ਼ਨ ਬਹੁਤ ਫੈਲੀ ਸਾਡੀਆਂ ਫੂਡ ਦੀਆਂ ਪਾਣੀ ਦੀਆਂ ਸਾਡੀ ਬਿਜਲੀਆਂ ਕਿਉਂ ਕੱਟੀਆਂ ਗਈਆਂ ਸਾਡੀਆਂ ਮੈਡੀਕੇਸ਼ਨਸ ਦੀਆਂ ਲਾਈਨ ਕਿਉਂ ਕੱਟਿਆ ਜਾ ਰਹੀਆਂ ਕਿਉਂਕਿ ਜੇ ਮੈਨੂੰ ਮੈਂ ਐਜ਼ ਅ ਡਾਕਟਰ ਮੈਂ ਆਪਣੀਆਂ ਦਵਾਈਆਂ ਨਾ ਮਤ ਦੇ ਸਕਿਆ ਪੇਸ਼ੰ ਨੂੰ ਤੇ ਪੇਸ਼ੰ ਮਰ ਜਾਣਗੇ ਹਾਈਪਰ ਟੈਂਸ਼ਨ ਬਲੱਡ ਪ੍ਰੈਸ਼ਰ ਜਿਹੜੇ ਪ੍ਰੋਬਲਮਸ ਵਾਲੇ ਆ ਜਿਹਨਾਂ ਨੂੰ ਡਾਇਬੀਟਿਸ ਆ ਉਹ ਉਹਨਾਂ ਨੂੰ ਦਵਾਈ ਕਿੱਥੋਂ ਮਿਲੂਗੀ ਸੋ ਇਹ ਚੀਜ਼ਾਂ ਕੁਐਸਚਨਸ ਆ ਜਿਹੜੇ ਤੁਹਾਨੂੰ ਆਪਣੇ ਲੋਕਲ ਪੋਲੀਟਿਸ਼ੀਅਨਸ ਨੂੰ ਪੁੱਛਣੇ ਪੈਣੇ ਆ ਤੁਹਾਡੇ ਨਿਊਜ਼ਪੇਪਰਸ ਨੂੰ ਪੁੱਛਣੇ ਪੈਣੇ ਆ ਉਹਨਾਂ ਤੱਕ ਗੱਲਾਂ ਪਹੁੰਚਾਉਣੀਆਂ ਪੈਣੀਆਂ ਸੋ ਇਹ ਅਪੀਲ ਆ ਜਿਹੜੇ ਲੋਕ ਮੈਨੂੰ ਮੇਰਾ ਸ਼ੋਅ ਵੇਖ ਰਹੇ ਆ ਤੁਸੀਂ ਪੁੱਛਦੇ ਹੋਣਾ ਕਿ ਡਾਕਟਰ ਭਾਈ ਅਸੀਂ ਕੀ ਕਰੀਏ ਵੱਲੋਂ ਤੁਹਾਨੂੰ ਮੈਂ ਇੱਕ ਟਾਸਕ ਦੇਣ ਲੱਗਾ ਆ ਜਿਹੜੀ ਇਨਫੋਰਮੇਸ਼ਨ ਮੈਂ ਤੁਹਾਨੂੰ ਦਿੱਤੀ ਨਾ ਪੰਜਾਬੀ ਚ ਇਹਨੂੰ ਅੰਗਰੇਜ਼ੀ ਚ ਆਪਣੇ ਲੋਕਲ ਪੋਲੀਟਿਸ਼ੀਅਨਸ ਤੱਕ ਪਹੁੰਚਾਓ ਸਾਡੀਆਂ ਫੋਟੋਆਂ ਤਾਂ ਤੁਹਾਡੇ ਕੋਲ ਹੈਗੀਆਂ ਸਾਡੇ ਕੁੱਟ ਪੈਂਦੀ ਹੋਰ ਮੁੰਡਿਆਂ ਨੂੰ ਕੁੱਟ ਪੈਂਦੀ ਉਹ ਪਹੁੰਚਾਓ ਲੋਕਾਂ ਤੱਕ ਆਪਣੇ ਨਿਊਜ਼ਪੇਪਰ ਤੱਕ ਪਹੁੰਚਾਓ ਤੁਹਾਡੀ ਇਹ ਡਿਊਟੀ ਲਾਉਂਦਾ ਮੈਂ ਕਿਉਂਕਿ ਜਿਹੜਾ ਕੰਮ ਇਹੀ ਕਰਨਾ ਸੀ ਭਾਈਕ ਨੇ ਜਿਹੜੀ ਡਿਊਟੀ ਸਾਨੂੰ ਦਿੱਤੀ ਸੀ ਉਹ ਅਸੀਂ ਨਿਭਾਤੀ ਉਸ ਦਿਨ ਅੱਜ ਵੀ ਸਾਡੀ ਕਲੀਨਿਕ ਅਗਲੇ ਇਹ ਨਹੀਂ ਕਿ ਅਗਲੇ ਦਿਨ ਵੀ ਸਾਡੀ ਕਲੀਨਿਕ ਬੰਦ ਹੋਈ ਸਾਡੀ ਕਲੀਨਿਕ ਚੱਲਦੀ ਰਹੀ ਇੱਕ ਡਾਕਟਰ ਸਾਡੇ ਬਹੁਤ ਤਦਾਦ ਤੇ ਫੱਟੜ ਹੋ ਗਏ ਪਰ ਸਾਡਾ ਕੰਮ ਨਹੀਂ ਰੁਕਿਆ ਦੂਜੀ ਵੀਰੋ ਤੁਹਾਨੂੰ ਇੱਕ ਹੋਰ ਪੀ ਲਿਆ ਫੇਕ ਨਿਊਜ਼ ਤੋਂ ਦੂਰ ਰਹੋ ਖਾਸ ਕਰਕੇ ਅਮਰੀਕਾ ਕੈਨੇਡਾ ਚ ਨਹੀਂ ਜਿਆਦੀ ਫੇਕ ਨਿਊਜ਼ ਚੱਲਦੀ ਆ ਨਾ ਤੇਦੇ ਲੋਕ ਤੇ 90% ਲੋਕ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਆ ਕੋਈ ਕਿਤੇ ਕੋਈ પ્રાਣੀ ਕੋਈ ਵੀਡੀਓ ਫੜ ਕੇ ਅੰਮਰਸਰ ਦੀ ਵੀਡੀਓ ਸੀ ਉਹ ਪਾਣੀ ਦਾ ਟੈਂਕਰ ਜਿਹੜਾ ਲੋਕਾਂ ਤੋਂ ਨਿਕਲਿਆ ਉਹਨਾਂ ਨੇ ਕਿਹਾ ਵੀ ਇੱਥੇ ਹੋ ਰਿਹਾ ਫਾਲਸ ਇਨਫੋਰਮੇਸ਼ਨ ਨੂੰ ਵੈਰੀਫਾਈ ਕਰੋ ਤੁਹਾਡੇ ਜਿਹੜੇ ਲਿੰਕਸ ਆ ਪੰਜਾਬ ਚ ਖਾਸ ਪੰਜਾਬ ਚ ਵੀ ਨਹੀਂ ਯਾਰ ਉੱਥੇ ਵੀ ਬੜੀ ਮਿਸ ਇਨਫੋਰਮੇਸ਼ਨ ਚੱਲ ਰਹੀ ਆ ਜਿਹੜੇ ਸਿੰਘੂ ਟਿਕਰੀ ਗਾਜ਼ੀਬਾਦ ਬੈਠੇ ਆ ਉਹਨਾਂ ਨਾਲ ਇੱਕ ਵਾਰੀ ਕਨਫਰਮ ਕਰਕੇ ਅੱਗੇ ਪਾਇਆ ਕਰੋ ਇਹ ਜਿਹੜੀ ਫਾਲਸ ਇਨਫੋਰਮੇਸ਼ਨ ਨਾ ਇਸ ਵੇਲੇ ਬਹੁਤ ਜਿਆਦਾ ਸਵੇਰੇ ਮੈਨੂੰ ਕਿਸੇ ਨੇ ਕਿਹਾ ਵੀ ਸਿੰਘੂ ਹੈਲੀਕਾਪਟਰ ਦਾ ਅਟੈਕ ਹੋ ਗਿਆ ਮੈਂ ਫੋਨ ਕੀਤਾ ਉੱਤੇ ਕੋਈ ਨਹੀਂ ਆਇਆ ਹੋਇਆ ਬਾਕੀ ਵੇਖੋ ਮੈਂ ਨਵੰਬਰ ਵਿੱਚ ਇਹ ਗੱਲ ਕੀਤੀ ਸੀ ਉਹ ਦੀਪ ਸਿੱਧੂ ਬਾਰੇ ਮੈਂ ਲੋਕਾਂ ਨੂੰ ਕਿਹਾ ਸੀ ਉਹ ਵੀਡੀਓ ਤੁਹਾਨੂੰ ਤੁਸੀਂ ਵੇਖ ਸਕਦੇ ਹੋ ਮੈਂ ਕਿਹਾ ਸੀ ਕਿ ਭਾਈ ਇਹੋ ਜਿਹੇ ਬੰਦਿਆਂ ਤੋਂ ਦੂਰ ਹੋ ਕਿਉਂਕਿ ਤੁਹਾਨੂੰ ਜਰਨਲ ਵੇਖਣੇ ਪੈਣਗੇ ਕਿ ਤੁਹਾਡੇ ਜਰਨਲ ਕੌਣ ਆ ਹੁਣ ਫਾਰਮ ਯੂਨੀਅਨਾਂ ਵਾਲੇ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਲਾਤੀ ਇਹ ਚੀਜ਼ ਉੱਪਰ ਤੁਸੀਂ ਉਹਨਾਂ ਨੂੰ ਛੱਡ ਕੇ ਇਹੋ ਜਿਹੇ ਬੰਦਿਆਂ ਦੇ ਪਿੱਛੇ ਪੈ ਗਏ ਇਹ ਜੋ 26 ਜਨਵਰੀ ਨੂੰ ਹੋਇਆ ਉਹ ਸਾਰਾ ਇਸ ਲਈ ਹੋਇਆ ਕਿ ਤੁਸੀਂ ਗਲਤ ਹੋ ਗਏ ਕਿਤੇ ਨਾ ਕਿਤੇ ਇਹ ਗਲਤੀ ਦੁਬਾਰਾ ਨਾ ਕਰਿਓ ਜੋ ਦੀਪ ਸਿੱਧੂ ਉਹ ਦੀਪ ਸਿੱਧੂ ਦੁਬਾਰਾ ਨਾ ਕੋਈ ਬਣ ਜੇ ਇੱਥੇ ਤੇ ਉਹਦੇ ਲਈ ਤੁਹਾਨੂੰ ਵੇਖਣਾ ਪੈਣਾ ਕਿ ਤੁਹਾਡੇ ਜਰਨੈਲ ਕੌਣ ਆ ਇਹ ਲੜਾਈ ਕਿੰਨੇ ਸ਼ੁਰੂ ਕੀਤੀ ਤੇ ਜੇ ਤੁਸੀਂ ਇਹ ਵਾਕਈ ਲੜਾਈ ਦੇ ਹਿੱਸੇ ਜੋ ਹਿੱਸਾ ਬਣਨਾ ਚਾਹੁੰਦੇ ਜੋ ਫਿਰ ਤੁਹਾਨੂੰ ਉਦਾਂ ਹੀ ਚੱਲਣਾ ਪੈਣਾ ਜਿੱਦਾਂ ਇੱਥੇ ਤੁਹਾਨੂੰ ਆਵਾਜ਼ ਆਉਂਦੀ ਆ ਫਾਰਮ ਯੂਨੀਅਨ ਵਾਲਿਆਂ ਨੇ ਤੁਹਾਨੂੰ ਹੱਥ ਜੋੜ-ਜੋੜ ਕੇ ਕਿਹਾ ਕਿ ਤਿਰੰਗੇ ਲਾਓ ਤੁਹਾਨੂੰ ਕਿਹਾ ਕਿ ਦੇਸ਼ ਦੀ ਗੱਲ ਕਰੋ ਏਕਤਾ ਦੀ ਗੱਲ ਕਰੋ ਗੱਲਾਂ ਉਹ ਨਾ ਕਰੋ ਜਿਹੜੀਆਂ ਸਾਨੂੰ ਡਿਵਾਈਡ ਕਰਦੀਆਂ ਉਹ ਗੱਲਾਂ ਬਾਅਦ ਚੋਂ ਕਰ ਲਾਂਗੇ ਯਾਰ ਉਹ ਟਾਈਮ ਹੋਣੀ ਆ ਸੋ ਪਲੀਜ਼ ਜਿਹੜੀਆਂ ਗਲਤੀਆਂ ਹੋ ਗਈਆਂ ਉਹ ਗਲਤੀਆਂ ਦੁਬਾਰਾ ਨਾ ਹੋਣ ਲੋਕ ਇੱਥੇ ਬਾਕੀ ਮੈਂ ਸਾਰਿਆਂ ਨੂੰ ਦੱਸਦਾ ਬਹੁਤ ਜਿਆਦੀ ਚੜ੍ਹਦੀ ਕਲਾ ਵਿੱਚ ਆ ਬਹੁਤ ਜਿਆਦੀ ਚੜ੍ਹਦੀ ਕਲਾ ਵਿੱਚ ਇੱਥੇ ਕੋਈ ਇਹ ਨਹੀਂ ਵੰਦਾ ਹਿੰਦੂ ਮੁਸਲਮ ਸਿੱਖ ਕੌਣ ਆ ਸਭ ਭਰਾ ਭਰਾ ਆ ਸੋ ਇਹ ਚੀਜ਼ਾਂ ਨਾਲ ਮੈਂ ਅੱਜ ਦਾ ਸ਼ੋਅ ਖਤਮ ਕਰਦਾ ਜੇ ਤੁਹਾਡੇ ਕੋਈ ਕੁਐਸਚਨਸ ਹੋਣਗੇ ਮੈਨੂੰ ਈਮੇਲ ਕਰੋ ਸਾਡੀ ਆਰਗੇਨਾਈਜੇਸ਼ਨ ਦੀ ਵੈਬਸਾਈਟ ਤੇ ਤੁਸੀਂ ਜਾ ਕੇ ਆਪਣਾ ਨਾਮ ਰਜਿਸਟਰ ਕਰ ਸਕਦੇ ਹੋ ਜੇ ਤੁਸੀਂ ਸਾਡੀ ਹੈਲਪ ਕਰਨਾ ਚਾਹੁੰਦੇ ਹੋ ਇੱਥੇ ਤੁਹਾਡੇ ਗਰਾਊਂਡ ਤੇ ਕੋਈ ਲੋਗ ਨੇ ਕਿਉਂਕਿ ਹੋ ਸਕਦਾ ਆਉਣ ਵਾਲੇ ਟਾਈਮ 'ਚ ਸਾਨੂੰ ਕਾਫੀ ਚੀਜ਼ਾਂ ਦੀ ਲੋੜ ਪਵੇ ਮੈਟਰਸ ਇਸ ਦੀ ਦਵਾਈਆਂ ਦੀ ਕੁਝ ਪਤਾ ਨਹੀਂ ਕਿ ਕਿੰਨੇ ਚੱਲਣਾ ਤੇ ਲੋਕ ਕਹਿੰਦੇ ਕਿ ਅਸੀਂ ਕਿੱਦਾਂ ਰਜਿਸਟਰ ਕਰ ਸਕਦੇ ਹਾਂ fiveriversheart.orga fiverivers ਆਈ ਰਿਵਰਸ ਹਾਰਡਲ ਆਰਗਿਆ ਆਈ ਥਿੰਕ ਵੈਬਸਾਈਟ ਉੱਤੇ ਲੇਸੀ ਪਲੇਸ ਕਰ ਦਿੰਦੇ ਆ ਉੱਤੇ ਜਾ ਕੇ ਆਪਣਾ ਨਾਮ ਰਜਿਸਟਰ ਕਰ ਦਿਓ ਆ ਬਾਕੀ ਚਲੋ ਮਿਲਦੇ ਆ ਨੈਕਸਟ ਵੀਕ ਕੁਐਸਚਨਸ ਭੇਜ ਦਿਓ ਜਿਹੜੇ ਕੁਐਸਚਨਸ ਤੁਸੀਂ ਸਾਨੂੰ ਪੋਸਟ ਕਰੋਗੇ ਉਹਦੇ ਆਨਸਰ ਅਸੀਂ ਅਗਲੇ ਹਫਤੇ ਆਪਣੇ ਐਪੀਸੋਡ ਚ ਦਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਭਈਆ ਕੀ ਕਰ ਰਿਹਾ ਹੈ ਯਾਰ